ਤਕੋ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਸਾਰੇ ਹੀ ਉੱਥੇ ਮਾਈਗ੍ਰੇਟ ਹੋ ਕੇ ਗਏ ਆ ਅਸੀਂ ਬੜੀਆਂ ਮੱਲਾਂ ਮਾਰੀਆਂ ਭਾਈਚਾਰਾ ਬੜਾ ਸਟਰੋਂਗ ਹੋਇਆ ਪਰ ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਆਪਦੇ ਉਸ ਦੌੜ ਦੇ ਵਿੱਚ ਬੱਚੇ ਗਵਾ ਲਏ ਉੱਥੇ ਜਾ ਕੇ ਦੋ 250 ਬੱਚਾ ਜਿਹੜਾ ਮਰ ਜਾਣਾ ਆਪਣਾ ਗੈਂਗਵਾੜ ਦੇ ਵਿੱਚ ਦੋ ਦਿਖਾ ਕੇ ਦੇ ਵਿੱਚ ਉਹ ਵੀ ਇੱਕ ਇਹੋ ਜਿਹੀ ਕੰਟਰੀ ਦੇ ਵਿੱਚ ਜਿਹੜੀ ਸ਼ਾਂਤੀ ਦੇ ਪ੍ਰਤੀਕ ਹੈ ਡਰਗ ਤਸਕਰੀ ਕਰਨ ਵਾਲੇ ਨੂੰ ਉਸ ਆਪਣੇ ਪ੍ਰੋਡਕਟ ਨੂੰ ਬਚਾਉਣ ਲਈ ਹਥਿਆਰਾਂ ਦੀ ਲੋੜ ਪੈਦੀ ਉਹ ਅਲਟੀਮੇਟਲੀ ਕੀ ਉਹ ਗੈਂਗਸ ਹੀ ਚਲਾ ਰਹੇ ਸਨ ਇੱਥੋਂ ਬਹੁਤ ਸਾਰੇ ਸਟੂਡੈਂਟ ਗਏ ਜਾਂ ਬਚ ਗਏ ਇੱਕ ਉੱਥੋਂ ਦੇ ਜੰਪਲ ਇਹਦੇ 'ਚ ਜਿਹੜੇ ਗੈਂਗ ਦੇ ਵਿੱਚ ਜਾਂ ਡਰੱਗ ਦੇ ਮਾਲ 'ਚ ਸ਼ਮੂਲੀਅਤ ਉੱਥੋਂ ਦੇ ਜੰਪਲ ਦੀ ਜ਼ਿਆਦਾ ਹੈ ਜਾਂ ਇੱਧਰੋਂ ਜਿਹੜੇ ਗਏ ਉਹਨਾਂ ਦੀ ਦੋਨੇ ਆ ਜੀ ਕੋਈ ਕਿੱਡਾ ਤਕੜਾ ਬੰਦਾ ਹੋਵੇ ਕੋਈ ਬਿਜ਼ਨਸ ਹੋਵੇ ਕੋਈ ਕੁਝ ਵੀ ਹੋਵੇ ਤੁਹਾਨੂੰ ਡਰਨ ਦੀ ਲੋੜ ਨਹੀਂ ਸਿਸਟਮ ਤੁਹਾਨੂੰ ਪ੍ਰੋਟੈਕਟ ਕਰੂਗਾ ਉਹ ਬੀਸਮੈਂਟ 'ਚ ਵੀ ਕੁੱਕੜਾ ਵਾਂਗੂ ਤਾਲੇ ਹੋਏ ਬੱਚੇ ਕਈਆਂ ਨੇ ਹਨਾ ਫਿਰ ਕਹਿੰਦੇ ਕਿ ਸਾਨੂੰ ਪ੍ਰੋਬਲਮਸ ਆ ਰਹੀਆਂ ਅਸੀਂ ਨਹੀਂ ਸਾਂਭ ਰਹੇ ਅਸੀਂ ਇਹਨਾਂ ਨੂੰ ਡਿਵਾਈਡ ਕਰਦੇ ਹਾਂ ਜੀ ਆ ਅਸੀਂ ਪਹਿਲਾਂ ਵਾਲੇ ਆਏ ਆ ਅਸੀਂ ਨਵੇਂ ਆਏ ਆ ਆ ਇਮੀਗ੍ਰੈਂਟ ਸੀ ਆ ਹੁਣ ਇੰਟਰਨੈਸ਼ਨਲ ਸਟੂਡੈਂਟਸ ਹੈ ਸਾਰੇ ਉਹੀ ਸੇਮ ਹੀ ਆਪਾਂ ਜਿਹੜਾ ਬੰਦਾ ਵੀ ਆਪਣੇ ਪਾਸ ਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਊਗਾ ਨਾ ਉਹਨੂੰ ਫਿਊਚਰ ਜਿਹੜਾ ਥੋੜਾ ਤੋਪਣਾ ਡਾਊਗਾ ਕਦੇ ਵੀ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਆਪਦਾ ਜਿੱਥੋਂ ਅਸੀਂ ਚੱਲੇ ਆ ਜੋ ਅਸੀਂ ਜਿੱਥੋਂ ਜਿੱਥੇ ਪਹੁੰਚੇ ਆ ਇੱਕ ਰਾਹ ਚੁਣਿਆ ਸੀ ਉਹਨਾਂ ਸਾਨੂੰ ਚਾਹੀਦਾ ਕਿ ਅਗਲਾ ਰਾਹ ਥੋੜਾ ਜਿਆ ਉਹਨਾਂ ਬੱਚਿਆਂ ਵਾਸਤੇ ਈਜ਼ੀ ਕਰੀਏ ਕੈਨੇਡਾ ਅਮਰੀਕਾ ਭਾਰਤ ਤੇ ਹੋਰ ਦੁਨੀਆ ਭਰ ਦੇ ਦਰਸ਼ਕਾਂ ਦਾ ਤਿਰਸ਼ੀ ਨਜ਼ਰ ਚ ਸਵਾਗਤ ਹੈ ਇਹ ਤਿਰਸ਼ੀ ਨਜ਼ਰ ਪ੍ਰੋਗਰਾਮ ਸਾਂਝਾ ਟੀਵੀ ਕੈਨੇਡਾ ਤੇ ਬਾਬੂਸ਼ਾਹੀ.com ਦੇ ਸਾਂਝੇ ਯਤਨ ਨਾਲ ਪੇਸ਼ ਕੀਤਾ ਜਾ ਰਿਹਾ ਅੱਜ ਅਸੀਂ ਦੋ ਵੱਖਰੇ ਕਿਸਮ ਦੇ ਮੁੱਦਿਆਂ ਦੇ ਗੱਲ ਕਰਾਂਗੇ ਇੱਕ ਮੁੱਦਾ ਡਰਗ ਦਾ ਹੈ ਡਰਗ ਦੇ ਮੁੱਦੇ ਦੀ ਡਰਗ ਦੀ ਬਿਮਾਰੀ ਦੀ ਚਰਚਾ ਅਕਸਰ ਹੁੰਦੀ ਹੈ ਪਰ ਜੇ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਤੇ ਵੱਖਰੇ ਕੰਟੈਕਸਟ ਦੇ ਇਹਤੇ ਚਰਚਾ ਕਰਾਂਗੇ ਦੂਸਰਾ ਮੁੱਦਾ ਜਿਹੜਾ ਅਹਿਮ ਹੈ ਕਿ ਪੰਜਾਬ ਦੇ ਵਿੱਚੋਂ ਜਾਂ ਭਾਰਤ ਚੋਂ ਵੀ ਜਿਹੜੀ ਇਮੀਗ੍ਰੇਸ਼ਨ ਹੋ ਰਹੀ ਹੈ ਜਾਂ ਸਟੂਡੈਂਟਸ ਦਾ ਜਿਹੜਾ ਫਲੋ ਹੈ ਬਾਹਰ ਨੂੰ ਖਾਸ ਕਰਕੇ ਪੰਜਾਬ ਦੇ ਵਿੱਚੋਂ ਅਨਚੈਕਡ ਫਲੋ ਹੋ ਰਿਹਾ ਹੈ ਭੇਡ ਚਾਲ ਵਾਂਗੂ ਹੋ ਰਿਹਾ ਹੈ ਉਹ ਉਸ ਦੇ ਵੱਖ-ਪੱਖ ਪਹਿਲੂਆਂ ਤੇ ਚर्चा ਕਰਾਂਗੇ ਪਰ ਚਰਚਾ ਕਰਨ ਲਈ ਸਾਡੇ ਨਾਲ ਇੱਕ ਵੱਖਰੀ ਕਿਸਮ ਦੀ ਸ਼ਖਸੀਅਤ ਨੇ ਉਹ ਨੇ ਕੈਨੇਡਾ ਦੇ ਇੱਕ ਪੁਲਿਸ ਅਫਸਰ ਜਿਹੜੇ ਕਿ ਮੂਲ ਰੂਪ ਵਿੱਚ ਪੰਜਾਬੀ ਨੇ ਪੰਜਾਬ ਦੇ ਜੰਪਲ ਨੇ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਮਾਣ ਵੀ ਹੈ ਕਿ ਸਾਡੇ ਪੰਜਾਬ ਦੇ ਜੰਪਲ ਜਿਹੜੇ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਨੇ ਉਹ ਹੋਰਨਾਂ ਮੁਲਕਾਂ 'ਚ ਜਾ ਕੇ ਖਾਸ ਕਰਕੇ ਕੈਨੇਡਾ ਦੇ ਵਿੱਚ ਉਥੋਂ ਦੀਆਂ ਫੋਰਸਸ ਦੇ ਵਿੱਚ ਵੀ ਅ ਭਰਤੀ ਹੁੰਦੇ ਨੇ ਜਾਂ ਆਪਣੀ ਇੱਕ ਪਛਾਣ ਬਣਾਉਂਦੇ ਨੇ ਆਪਣੀ ਥਾ ਬਣਾਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਅ ਅਸੀਂ ਤੁਹਾਡੇ ਰੂਬਰੂ ਕਰਾ ਰਹੇ ਹਾਂ ਜੈਕ ਖੋਸਾ ਜਿਹੜੇ ਕਿ ਅ ਕੈਨੇਡਾ ਤੋਂ ਆਏ ਨੇ ਬ੍ਰਿਟਿਸ਼ ਕੋਲੰਬੀਆ ਦੇ BC ਦੇ ਰਹਿਣਾ ਲੈਨੇ ਉਹ ਸਰਜੈਂਟ ਜੈਕ ਖੋਸਾ ਅਸੀਂ ਉਹਨਾਂ ਨੇ ਰੂਬਰੂ ਕਰਾਵਾਂਗੇ ਅ ਜੈਕ ਜੀ ਸਵਾਗਤ ਹੈ ਸੋ ਸ਼ਿਗਵ ਜੀ ਥੈਂਕ ਯੂ so much ਇਕ ਤਾਂ ਟਾਈਮ ਦੇਣ ਦਾ اور ਦੂਸਰਾ ਆਪਣੇ ਸਰੋਤਿਆਂ ਦੇ ਸਨਮੁਖ ਹੋਣ ਦਾ ਮੌਕਾ ਦੇ ਰਿਆ ਥੈਂਕ ਯੂ so much ਵੈਸੇ ਤਾਂ ਤੁਸੀਂ ਸਾਂਝਾ ਟੀਵੀ ਨਾਲ ਬਵਸਤਾ ਹੋ ਤੇ ਤੁਸੀਂ ਪਹਿਲਾਂ ਵੀ ਇੱਕ ਵਾਰੀ ਉੱਥੇ ਮੈਂ ਤੁਹਾਡੀ ਗੱਲਬਾਤ ਸੁਣੀ ਸੀ ਪਰ ਅਸੀਂ ਕੁਝ ਮੁੱਦੇ ਹੋਰ ਵੀ ਸ਼ੋਵਾਂਗੇ ਤੇ ਉਸ ਤੋਂ ਪਹਿਲਾਂ ਥੋੜੀ ਜੀ ਮੈਂ ਤੁਹਾਡੀ ਜਾਣ ਪਛਾਣ ਜਿਹੜੀ ਤੁਹਾਡੇ ਮੂਹੋਂ ਕਿ ਤੁਹਾਡਾ ਕਿੱਥੋਂ ਦੇ ਜੰਪਾਲੋਂ ਕਿਸ ਤਰ੍ਹਾਂ ਗਏ ਕੈਨੇਡਾ ਕਦੋਂ ਗਏ ਥੋੜੀ ਜੀ ਸੰਖੇਪ ਜਾਣ ਪਛਾਣ ਤੇ ਉੱਥੇ ਜਿਹੜਾ ਤੁਸੀਂ ਐਜ਼ ਅ ਪੁਲਿਸ ਅਫਸਰ ਤੁਹਾਡਾ ਤਜਰਬਾ ਉਹਦਾ ਥੋੜਾ ਜਿਹਾ ਵਕੀਫ ਹੋ ਕਰ ਫਿਰ ਆਪਾਂ ਵਿਸਾਦੀ ਗੱਲ ਕਰਾਂ ਦੇਖੋ ਜਨਮ ਮੇਰਾ ਹੋਇਆ ਸੀ ਫੀਕਟ ਕੋਰ ਸ਼ਹਿਰ ਦੇ ਵਿੱਚ ਫੀਕਟ ਕੋਰ ਸ਼ਹਿਰ ਹਾਂਜੀ ਹਾਂਜੀ ਔਰ ਉਸ ਤੋਂ ਬਾਅਦ ਕੋਈ 17 ਸਾਲ ਦੀ ਉਮਰ ਦੇ ਵਿੱਚ ਮੈਂ ਫੈਮਲੀ ਦੇ ਨਾਲ ਕੈਨੇਡਾ ਚਲਾ ਗਿਆ ਸੀ ਬ੍ਰਦਰ ਉੱਥੇ ਸੀ ਪਹਿਲਾਂ ਸੋ ਜਿਵੇਂ ਆਮ ਫੈਮਲੀਜ਼ ਸੁੱਤੇ ਮਾਈਗ੍ਰੇਟ ਹੁੰਦੀਆਂ ਅਸੀਂ ਵੀ ਹੋਏ ਜੀ ਤਾਂ ਐਜ਼ ਅ ਨਿਊ ਇਮੀਗ੍ਰੈਂਟ ਬੜੇ ਕੰਮ ਕੀਤੇ ਕੋਈ ਕਾਰਨਰ ਸਟੋਰ ਤੇ ਵੀ ਕੀਤਾ ਟੈਕਸੀ ਵਿਚ ਲਾਈ ਹੋਰ ਜਿੰਨੇ ਵੀ ਕੰਮ ਸੀਗੇ ਇੱਕ ਨਵੇਂ ਇਮੀਗ੍ਰੈਂਟ ਨੂੰ ਕਰਨੇ ਪੈਂਦੇ ਉਹ ਮੈਂ ਕੀਤੇ ਪਰ ਫਿਰ ਕਿਤੇ ਜਾ ਕੇ ਲੱਗਿਆ ਕਿ ਇਹ ट्रांजिशन ਕਰਕੇ ਮੈਨੂੰ ਪੜਨ ਵਾਲੇ ਪਾਸੇ ਵੀ ਆਉਣਾ ਪੈਣਾ ਥੋੜਾ ਜਿਹਾ ਤਾਂ ਜਦੋਂ ਥੋੜੇ ਜਿਹੇ ਪੈਰ ਲੱਗੇ ਫਿਰ ਪੜਾਈ ਵੀ ਕੀਤੀ ਔਰ ਉਸ ਤੋਂ ਬਾਅਦ ਪਲੀਸ ਚਾਂਡ ਦਾ ਮੇਰਾ ਕੋਈ ਨਾ ਪਹਿਲਾਂ ਤੋਂ ਇਨਾ ਮੰਨੀ ਸੀਗਾ ਕਿਉਂਕਿ ਇੱਕ ਵੱਖਰਾ ਇਮੇਜ ਸਾਡੇ ਮਨ 'ਚ ਹੁੰਦਾ ਸੋ ਨਵੀਂ ਕੰਟਰੀ ਦੇ ਵਿੱਚ ਜਾ ਕੇ ਜਦੋਂ ਉੱਥੇ ਉਹਨਾਂ ਵਿਚਰਿਆ ਦੇਖਿਆ ਕਿ ਉਹਨਾਂ ਦੀ ਸਰਵਿਸ ਕਿਸ ਤਰ੍ਹਾਂ ਦੀ ਹੈਗੀ ਆ ਦੇ ਵਲੰਟੀਅਰ ਕੀ ਤਰ੍ਹਾਂ ਮੈਂ ਕਾਫੀ ਚਰ ਅੱਛਾ ਸੋ 2 ਸਾਲ ਉਹਨਾਂ ਨਾਲ ਮੈਂ ਵਲੰਟੀਅਰ ਸਰਵਿਸ ਕਰਨ ਤੋਂ ਬਾਅਦ ਜਦੋਂ ਇਸ ਕਿੱਤੇ ਬਾਰੇ ਜਾਣਿਆ ਦੇਖਿਆ ਲੋਕਾਂ ਚ ਵਿਚਰਿਆ ਤਾਂ ਪਤਾ ਲੱਗਿਆ ਕਿ ਇਹਦੇ ਵਿੱਚ ਜਾਣ ਨਾਲ ਮੈਨੂੰ ਉਹ ਕਾਫੀ ਮੌਕੇ ਮਿਲਣਗੇ ਜਿਵੇਂ ਕਿਸੇ ਦੀ ਕਾਉਂਸਲਿੰਗ ਕਰਨੀ ਹੋਵੇ ਕਿਸੇ ਨੂੰ ਹੈਲਪ ਕਰਨੀ ਹੋਵੇ ਕਾਫੀ ਵਾਈਡ ਰੇਂਜ ਜਿਹੜੀ ਹੈਗੀ ਹੈ ਮੌਕਿਆਂ ਦੀ ਉਹ اچ ਮਿਲਦੀ ਹੈ ਤਾਂ ਉਹਦੇ ਕਰਕੇ ਫਿਰ ਮੈਨੂੰ ਇਸ ਚ ਜਾਣ ਦਾ ਜਿਹੜਾ ਇੱਕ ਮਨ ਬਣਿਆ ਔਰ ਮਨ ਬਣ ਦੇਣਾ ਫਿਰ ਮੈਂ ਇਧਰ ਆ ਗਈ ਕਦੋਂ ਪੁਲਿਸ ਤੁਸੀਂ ਜੁਆਇਨ ਕੀਤੀ ਮੈਂ 2007 ਦੇ ਵਿੱਚ ਕੀਤੀ ਸੀਗੀ अच्छा उस तो पहला 2 साल मैं इंटेलिजेंस चलाई फिर एड्मंटन पुलिस ਦੇ ਵਿੱਚ ਵੀ ਮੈਂ ਸਰਵ ਕੀਤਾ एड्मंटਨ ਹਾਂਜੀ ਅਲਬਰਟਾ ਮੈਂ ਕਾਫੀ 4-5 ਸਾਲ ਉੱਥੇ ਰਹੀਆ ਫਿਰ ਵਾਪਸ BC ਆਇਆ ਤੇ BC ਦੇ ਵਿੱਚ ਆ ਕੇ ਫਿਰ ਉਹ ਨਵੀਂ ਸਰਵਿਸ ਜੁਆਇਨ ਕੀਤੀ ਤੇ ਉਥੇ ਦੋਨਾਂ ਹੀ ਆਪਣੀ ਪ੍ਰੋਵਿੰਸਸ ਦੇ ਵਿੱਚ ਸਟੇਟਸ ਦੇ ਵਿੱਚ ਮੈਨੂੰ ਲੀਆਂ ਗੈਂਗ ਯੂਨਿਟਸ ਆ ਗਈਆਂ ਉਥੇ ਨਾ ਉਹ ਚੰਗ ਕੰਮ ਕਰਨ ਦਾ ਮੌਕਾ ਮਿਲਿਆ ਹੁਣ ਵੀ ਮੈਂ ਉਥੇ ਹੀ ਕੰਮ ਕਰ ਰਿਹਾ ਤਾਂ ਗੈਂਗਸ ਦੇ ਵਿੱਚ ਕੋਈ ਹਮਸਾਈਡ ਇਨਵੈਸਟੀਗੇਸ਼ਨ ਹੋਣ ਡਰਗ ਟ੍ਰੈਫਿਕਿੰਗ ਹੋਣ ਇਹ ਆਦਿਆਂ ਦੀ ਤਸਕਰੀ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚ ਮੈਨੂੰ ਪਾਗ ਲੈਣ ਦਾ ਮੌਕਾ ਮਿਲਿਆ। ਐਸ ਵੇਲੇ ਤੁਸੀਂ ਜਿਹੜੀ ਇੰਡੀਆ ਫੇਰੀ ਤੇ ਇਹਦਾ ਕੀ ਸਬਬ ਸੀ? ਇਹਦਾ ਸਬਬ ਇਹ ਸੀਗਾ ਜੀ ਬੱਚੇ ਹੁਣ ਵੱਡੇ ਹੋ ਰਹੇ ਆ। ਹਜੇ ਤੱਕ ਕਾਫੀ ਛੋਟੇ ਆ ਪਰ ਫਿਰ ਵੀ ਜਿਵੇਂ ਜਿਵੇਂ ਉਹ ਵੱਡੇ ਹੋ ਰਹੇ ਆ ਉਹਨਾਂ ਦੀ ਇੱਕ ਪਰਸੈਪਸ਼ਨ ਬਣੀ ਹੋਈ ਸੀ ਇੰਡੀਆ ਬਾਰੇ। ਕਿ ਸਕੂਲਾਂ ਚ ਜਿਸ ਤਰ੍ਹਾਂ ਦੀਆਂ ਪ੍ਰੈਜੈਂਟੇਸ਼ਨ ਚੱਲਦੀਆਂ ਜੀ ਦੇਖੋ ਜੀ ਇੰਡੀਆ ਤਾਂ ਚੁੱਗੀਆਂ, ਝੌਪੜੀਆਂ, ਸੜਕਾਂ ਟੁੱਟੀਆਂ ਹੋਈਆਂ, ਬੜੀ ਕਰਾਪਸ਼ਨ ਆ ਦਿਸਨ दैट। ਤਾਂ ਮੈਂ ਉਹ ਪਰਸੈਪਸ਼ਨ ਨੂੰ ਤੋੜਨੀ ਚਾਹੁੰਦਾ ਸੀ। ਕਿਉਂਕਿ ਮੈਨੂੰ ਪਤਾ ਵੀ ਹਰ ਕੁਲਕ ਮੁਲਕ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਕੁਝ ਚੰਗੀਆਂ ਗੱਲਾਂ ਹੁੰਦੀਆਂ ਔਰ ਮੈਂ ਉਹਨਾਂ ਨੂੰ ਇੱਕ ਸਹੀ ਮੌਕਾ ਦੇਣਾ ਚਾਹੁੰਦਾ ਸੀ ਕਿ ਉਹ ਆਪ ਆਪਣੀ ਜਿਹੜੀ ਇਮੇਜ ਬਣਾਉਣ ਇੰਡੀਆ ਬਾਰੇ ਸਾਡੇ ਬੱਚੇ ਦੋ ਬੱਚੇ ਨੇ ਦੋ ਬੱਚੇ ਨਹੀਂ ਮੇਰੇ ਸੋ ਇਸ ਕਰਕੇ ਇਹ ਸਬਾ ਬਣਿਆ ਇਹ ਟੂਰ ਦਾ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਫਰਸਟ ਹੈਂਡ ਦੇਖਣ ਵੀ ਇੰਡੀਆ ਕੀ ਹੈ ਔਰ ਮੈਂ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਹੁਣ ਤੱਕ ਜੋ ਉਹਨਾਂ ਨੇ ਦੇਖਿਆ ਉਹ ਪਰਸੈਪਸ਼ਨ ਜਿਹੜੀ ਨੈਗੇਟਿਵ ਸੀ ਉਹ ਟੁੱਟ ਰਹੀ ਉਹਨਾਂ ਦੀ ਕਾਫੀ ਜ਼ਿਆਦਾ ਵੰਡੇ ਤਰੀਕੇ ਨਾਲ ਔਰ ਬੜੇ ਖੁਸ਼ ਨਹੀਂ ਜੀਤੇ ਵੱਪਸੀ ਜਿਹੜੀ ਹੈ ਉਹ ਚੰਗੀ ਜਿਹਾ ਦਾ ਲੈ ਕੇ ਜਾ ਰਹੇ ਨੇ ਬਿਲਕੁਲ ਜੀ ਜੋ ਮੈਂ ਸੋਚ ਕੇ ਆਇਆ ਸੀ ਉਸੇ ਤਰੀਕੇ ਨਾਲ ਲੈ ਕੇ ਜਾ ਰਹੇ ਹੁਣ ਆਪਾਂ ਉਸ ਮੁੱਦੇ ਤੇ ਆਈਏ ਜਿਹੜਾ ਤੁਸੀਂ ਜਿਹਦੇ ਨਾਲ ਡੀਲ ਕਰਦੇ ਰਹੋ ਦੇਖੋ ਇੱਥੇ ਵੀ ਅਸੀਂ ਖਬਰਾਂ ਅਸੀਂ ਜਦੋਂ ਇੱਥੇ ਬੈਠ ਕੇ ਡਰਗ ਦੀ ਪ੍ਰੋਬਲਮ ਪੰਜਾਬ ਦੇ ਵਿੱਚ ਵੀ ਬਹੁਤ ਗੰਭੀਰ ਮੁੱਦਾ ਹੈਗਾ ਇੱਕ ਸਮਾਜਿਕ ਮੁੱਦਾ ਬਣਿਆ ਹੋਇਆ ਤੇ ਪਰ ਜਿਹੜੀਆਂ ਉੱਥੋਂ ਦੀਆਂ ਖਬਰਾਂ ਨੇ ਕਾਸਕਰ ਵੀ ਸੀ ਨੇ ਗੈਂਗਵਾਰ ਦੀਆਂ ਡਰਗਸ ਨਾਲ ਜੋੜੇ ਗਏ ਉਹ ਅਕਸਰ ਆਉਂਦੀ ਰਹਿੰਦੀਆਂ ਪੜਦੇ ਰਹਿੰਦੇ ਤੇ ਉਹਦੇ ਇਸ ਤਰ੍ਹਾਂ ਦਾ ਪ੍ਰਭਾਵ ਵੀ ਹੈਗਾ ਕਿ ਪੰਜਾਬੀ ਜਿਹੜੇ ਆ ਉਹ ਕਾਫੀ ਇਨਵੋਲ ਉਹਦੇ ਚ ਆਏਗੇ ਨੇ ਸੋ ਐਕਚੁਅਲ ਕੀ ਹੈ ਮਤਲਬ ਕਿਉਂਕਿ ਅਸੀਂ ਆਪਣਾ ਜਿਹੜੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਉਹਦੇ ਕੋਈ ਕਾਰਨ ਗਿੰਦੇ ਆ ਬਦਵਕ ਬਕ ਤੇ ਉਥੇ ਆਪਣੇ ਕਿਸਮ ਦੇ ਹੋਣਗੇ ਸੋ ਹੁਣ ਤੁਸੀਂ ਕੀ ਸਮਝਦੇ ਵੀ ਉਹ ਜਿਹੜੀ ਉੱਥੇ ਪ੍ਰੋਬਲਮ ਹੈ ਇੰਨੀ ਜ਼ਿਆਦਾ ਖਬਰਾਂ ਆਉਂਦੀਆਂ ਨਹੀਂ ਐ ਤੇ ਉਹ ਸਟੇਟਸ ਕੀ ਆ ਦਾ ਦੇਖੋ ਇਸ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਸਾਰੇ ਹੀ ਉੱਥੇ ਮਾਈਗ੍ਰੇਟ ਹੋ ਕੇ ਗਏ ਆ ਅਸੀਂ ਬੜੀਆਂ ਮੱਲਾਂ ਮਾਰੀਆਂ ਠੀਕ ਐ ਅਸੀਂ ਪੋਲਿਟਿਕਲ ਫੀਲਡ ਦੇ ਵਿੱਚ ਵੀ ਸਾਡੇ ਕਾਫੀ MP MLAਸ ਹੈਗੇ ਆ ਹੋਰ ਵੱਡੀਆਂ ਪੋਸਟ ਦੇ ਵਿੱਚ ਹੈਗੇ ਆ ਚੰਗੀਆਂ ਜੌਬਾਂ ਦੇ ਵਿੱਚ ਹੈਗੇ ਆ ਟਰਾਂਸਪੋਰਟੇਸ਼ਨ ਇੰਡਸਟਰੀ ਹਰ ਕਿਸ ਹਰ ਫੀਲਡ ਚ ਹੈ। ਹੂੰ ਠੀਕ ਹੈ। ਚਾਹੀ ਉਹ ਘਰ ਬਣਾਉਣ ਚ ਹੋਵੇ ਚਾਹੀ ਕੁਝ ਵੀ ਹੋਵੇ। ਭਾਈਚਾਰਾ ਬੜਾ ਸਟਰੋਂਗ ਹੈਗਾ। ਪਰ ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਆਪਦੇ ਉਸ ਦੌੜ ਦੇ ਵਿੱਚ ਬੱਚੇ ਗਵਾ ਲਏ ਉੱਥੇ ਜਾ ਕੇ। ਸੋ ਇਹ ਇੱਕ ਫੈਕਟ ਹੈ। ਇਹ ਕੋਈ ਇਹ ਸੁਣਿਆ ਸੁਣਾਈਆ ਗੱਲ ਨਹੀਂ ਮੈਂ ਕਰ ਰਿਹਾ ਕਿਉਂਕਿ ਮੈਂ ਕਾਫੀ ਬਲਕਿ 2-300 ਫੈਮਿਲੀ ਨਾਲ ਖੁਦ ਡੀਲ ਕਰ ਚੁੱਕਿਆ। 2-250 ਬੱਚਾ ਜਿਹੜਾ ਮਰ ਜਾਣਾ ਆਪਣਾ ਗੈਂਗਵਾਰ ਦੇ ਵਿੱਚ। ਗੈਂਗਵਾਰ ਦੇ ਵਿੱਚ ਉਹ ਵੀ ਇੱਕ ਇਹੋ ਜਿਹੀ ਕੰਟਰੀ ਦੇ ਵਿੱਚ ਜਿਹੜੀ ਸ਼ਾਂਤੀ ਦੇ ਪ੍ਰਤੀਕ ਹੈ। ਆ ਕੈਨੇਡਾ ਮੁਕਾਬਲਤਨ ਜਿਹੜਾ ਸਭ ਤੋਂ ਵੱਧ ਸ਼ਾਂਤ ਔਰ ਰਹਿਣ ਵਾਸਤੇ ਵਧੀਆ ਸੂਬਾ ਮੰਨਿਆ ਜਾਂਦਾ ਹੈ ਬਿਲਕੁਲ ਹੁਣ ਇੱਥੇ ਵੀ ਸਾਡੇ ਕੋਲ ਹਰੇ ਭਰੇ ਖੇਤ ਸਾਰਾ ਕੁਝ ਹੈ ਇੱਥੋਂ ਛੱਡ ਕੇ ਅਸੀਂ ਸਾਰਾ ਕੁਝ ਉੱਥੇ ਗਏ ਆ ਤੇ ਇੱਕ ਚੰਗੀ ਜ਼ਿੰਦਗੀ ਬਿਹਤਰ ਜ਼ਿੰਦਗੀ ਜਾਂ ਹੋਰ ਜੜੀਆਂ ਤਰੱਕੀਆਂ ਦੇ ਲਈ ਉੱਥੇ ਪਹੁੰਚੇ ਸਾਰੇ ਲੋਕ ਉੱਥੇ ਪਰ ਉਸ ਦੌੜ ਦੇ ਵਿੱਚ ਬੱਚੇ ਇਸ ਤਰ੍ਹਾਂ ਗਵਾਚੇ ਕਿ ਇੱਕ ਸ਼ੌਕਿੰਗ ਨਿਊਜ਼ ਸੀ ਸਾਰਿਆਂ ਲਈ ਪਰ ਉਹ ਹਜੇ ਵੀ ਉਸੇ ਤਰ੍ਹਾਂ ਜਿਹੜਾ ਹੈਗਾ ਜਾਰੀ ਹੈ ਹਾਲਾਂਕਿ ਹਰਕ ਪ੍ਰੀਸ ਆਫੀਸਰ ਆਹ ਯੰਪਲਿਸ ਏਜੰਸੀਜ਼ ਜਿਹੜੀਆਂ ਹੈਗੀਆਂ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦਾ ਬੜਾ ਜ਼ੋਰ ਲੱਗਿਆ ਹੋਇਆ ਇਸ ਗੱਲ ਤੇ ਕਿ ਇਹਨੂੰ ਠੱਲ ਪਾਈ ਜਾਵੇ ਔਰ ਕੰਮ ਬਹੁਤ ਹੋ ਰਿਹਾ ਨਹੀਂ ਕਿ ਕੰਮ ਨਹੀਂ ਹੋ ਰਿਹਾ ਪਰ ਨਵਾਂ ਜਿਹੜਾ ਪੂਰ ਆ ਉਹਦੀ ਉਮਰ ਜਿਹੜੀ ਘਟਦੀ ਜਾ ਰਹੀ ਬੱਚੇ ਬਹੁਤ 13 13 12 12 ਸਾਲਾਂ ਦੇ ਇਸ ਕੰਮ ਦੇ ਵਿੱਚ ਸ਼ਾਮਲ ਹੋ ਰਹੇ ਆ ਭਾਵੇਂ ਡਰੱਗ ਜਵੀ ਤੇ ਗੈਂਗ ਵਾਂਗ ਗੈਂਗਸ ਦੇ ਵਿੱਚ ਵੀ ਗੈਂਗਸ ਦੇ ਵਿੱਚ ਇਹ ਚੀਜ਼ ਨੂੰ ਮੈਂ ਹੈਂਡ ਇਨ ਹੈਂਡ ਮੰਨਦਾ ਇਹ ਇਕੱਠੇ ਚੱਲਦੇ ਆ ਜੀ ਡਰੱਗ ਤਸਕਰੀ ਕਰਨ ਵਾਲੇ ਨੂੰ ਉਸ ਆਪਣੇ ਪ੍ਰੋਡਕਟ ਨੂੰ ਬਚਾਉਣ ਲਈ ਹਥਿਆਰਾਂ ਦੀ ਲੋੜ ਪੈਂ ਸੋ ਆਲਟੀਮੇਟਲੀ ਕੀ ਉਹ ਗੈਂਗਸ ਹੀ ਚਲਾ ਰਹੇ ਸਾਰੇ ਹੁਣ ਕਈ ਵਾਰੀ ਆਪਾਂ ਨੂੰ ਲੱਗਦਾ ਗੈਂਗ ਨਾ ਜਿਹੜਾ ਹੈਗਾ ਆਪਾਂ ਨੂੰ ਲੱਗਦਾ ਕੋਈ 100 200 ਬੰਦੇ ਦਾ ਗਰੂਪ ਹੋਣਾ ਚਾਹੀਦਾ ਪਰ ਕੈਨੇਡਾ ਦੇ ਸਿਰਦਾਨ ਦੇ ਮੁਤਾਬਕ ਜਾਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਜਿਹੜਾ ਉਹਨਾਂ ਦੀ ਪਾਲਿਸੀਸ ਹੈਗੀਆਂ ਕ੍ਰਿਮੀਨਲ ਕੋਰਟ ਦੇ ਮੁਤਾਬਕ ਤਿੰਨ ਜਾਂ ਜ਼ਿਆਦਾ ਵਿਅਕਤੀ ਜਿਹੜੇ ਹੈਗੇ ਆ ਇਕੱਠੇ ਹੋ ਕੇ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਇੱਕ ਗਰੁੱਪ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਹਨੂੰ ਅਸੀਂ ਗੈਂਗ ਦਾ ਨਾਮ ਦਿੰਦੇ ਹਾਂ ਸੋ ਗੈਂਗ ਜ਼ਰੂਰੀ ਨਹੀਂ ਕਿ 100 ਬੰਦਿਆਂ ਦਾ ਹੋਵੇ ਪਰ ਇੱਥੇ ਹੁਣ ਸਟਰੀਟ ਲੈਵਲ ਤੇ ਆਪਣੇ ਬ ਪਰ ਅਲਟੀਮੇਟਲੀ ਉਹ ਸੇ ਫੂਡ ਚੇਨ ਦਾ ਹਿੱਸਾ ਜਿਹੜਾ ਪੈਸਾ ਬਣਾ ਰਿਹਾ ਉਹ ਤਾਂ ਉਹ ਜਿਹੜੇ ਉਹਦੇ ਆਕਾ ਕੰਟਰੋਲ ਕਰ ਰਹੇ ਉਹਨਾਂ ਨੂੰ ਨਹੀਂ ਉਹਦੇ ਚ ਜਿਹੜੇ ਡਰੱਗ ਮਾਫੀਆ ਚ ਜਾਂ ਜਿਹੜਾ ਗੈਂਗ ਉਹਦੇ ਚ ਕਿੰਨੇ ਕਿਸ ਕਿਸਮ ਦੀ ਬੰਤਰ ਕਿਸੇ ਵੀ ਉਹ ਇੰਡੀਅਨ ਕਿੰਨੇ ਨੇ ਜਾਂ ਹੋਰ ਹੋਰ ਮੁਲਕਾਂ ਦੇ ਵੀ ਹੈਗੇ ਨੇ ਬਹੁਤ ਹੈ ਜੀ ਬਹੁਤ ਹੋਰ ਹਰ ਕਮਿਊਨਿਟੀ ਹਰ ਕਲਚਰ ਹਰ ਕੰਟਰੀ ਦਾ ਬੰਦਾ ਇਸ ਕੰਮ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਹੈ ਪਰ ਡਰਗ ਦੀ ਪ੍ਰੋਬਲਮ ਵਰਲਡਵਾਈਡ ਹੈ। ਵਰਲਡਵਾਈਡ, ਇਟ ਗਲੋਬਲ ਇਸ਼ੂ ਹੈ। ਡਰਗ ਸਮਗਲਿੰਗ ਦੇ ਡਰਗ ਦੀ ਪਰ ਆਪਾਂ ਇਹਦੇ ਪਿੱਛੇ ਲੋਕ ਇਹ ਨਹੀਂ ਕਹਿ ਸਕਦੇ ਕਿ ਨਿੱਜੀ ਹੋਰਾਂ ਦਾ ਵੀ ਇਸ਼ੂ ਹੈ ਕਿਉਂਕਿ ਮੈਂ ਕਾਫੀ ਸੁਣਦਾ ਕਮਿਊਨਿਟੀ ਚ ਕਿੰਨੇ ਜੀ ਹੋਰਾਂ ਦਾ ਵੀ ਇਸ਼ੂ ਹੈਗਾ। ਇਹ ਠੀਕ ਹੈ ਜੇ ਹੁਣ ਸਾਰੇ ਮਹੱਲੇ ਚ ਘਰ ਲੱਗੀ ਅੱਗ ਲੱਗੀ ਹੋਈ ਆ। ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਵੀ ਲੱਗੀ ਹੋਈ ਕੋਈ ਗੱਲ ਨਹੀਂ। ਪਹਿਲਾਂ ਆਪ ਨੂੰ ਆਪਣੀ ਬੁਝਾਉਣੀ ਪੈਣੀ ਆ। ਸੋ ਉੱਥੇ ਜਾ ਕੇ ਅਸੀਂ ਜੇ ਹੁਣ ਤੁਹਾਨੂੰ ਅੰਕੜਿਆਂ ਦੇ ਹਿਸਾਬ ਨਾਲ ਦੱਸਾਂ ਜਿਹੜੇ ਹੁਣ ਪਿੱਛੇ ਕਤਲ ਹੋਏ ਆ 1-2 ਸਾਲਾਂ ਦੇ ਵਿੱਚ ਉਹ ਉਹਨਾਂ ਪੰਜਾਬੀ ਸੋ ਜੀਐਸਸੀ ਗਿਣਤੀ ਦੇ ਹਿਸਾਬ ਨਾਲ ਦੇਖੀਏ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਅਸੀਂ 12% ਆ ਉੱਥੇ ਠੀਕ ਹੈ 12 ਤੋਂ 13 ਚ ਫਲਕਚੂਏਟ ਕਰ ਲਓ ਤੇ ਜੇ ਅਸੀਂ ਗੈਂਗਸ ਦੀ ਸ਼ਮੂਲੀਅਤ ਦੇ ਹਿਸਾਬ ਨਾਲ ਦੇਖੀਏ ਸਾਡੀ ਕਿੰਨੀ ਹੈਗੀ ਆ ਉਹਦੇ ਹਿਸਾਬ ਨਾਲ ਅਸੀਂ 28% ਤਕਰੀਬਨ ਬੈਠੇ ਕੋਲੇ ਅੱਛਾ ਮਤਲਬ ਸੋ ਅਲਰਮਿੰਗ ਨੰਬਰ ਹੈਗਾ ਹਮ ਐਵਰੇਜ ਜ਼ਿਆਦਾ ਹਾਂ ਪਰ ਮੈਂ ਵੀ ਕਹਿਣਾ ਚਾਹੁੰਦਾ ਕਿ ਸਾਡੇ ਬੱਚੇ ਬਹੁਤ ਸਾਰੇ ਬੱਚੇ ਜਿਹੜੇ 골ਡ ਮੈਡਲਸ ਵੀ ਲੈ ਰਹੇ ਹੈਗੇ ਆ ਸਪੋਰਟਸ ਦੇ ਵਿੱਚ ਵੀ ਅੱਗੇ ਜਾ ਰਹੇ ਆ ਕਾਫੀ ਪੜਾਈ ਦੇ ਵਿੱਚ ਵੀ ਅੱਗੇ ਆ ਪਰ ਕਿਤੇ ਨਾ ਕਿਤੇ ਇੱਕ ਦੂਜਾ ਵਰਗ ਵੀ ਹੈਗਾ ਉਹਦੇ ਚੋਂ ਦੋ ਕਿਸਮ ਦੀ ਪopulation ਹੈਗੀ ਨਾ ਉੱਥੇ ਜਿਹੜੀ ਇਮੀਗ੍ਰੈਂਟ ਹੈਗੀ ਇੱਕ ਤਾਂ ਹੈਗੀ ਜਿਹੜੇ ਇੱਥੋਂ ਹੁਣ ਸਟੂਡੈਂਟ ਗਏ ਆ ਜਾਂ ਬਾਚ ਗਏ ਇੱਕ ਉੱਥੋਂ ਦੇ ਜੰਪਲ ਇਹਦੇ ਚ ਜਿਹੜੇ ਗੈਂਗ ਦੇ ਵਿੱਚ ਜਾਂ ਡਰੱਗ ਦੇ ਮਾਲ ਵਿੱਚ ਸ਼ਮੂਲੀਅਤ ਉੱਥੋਂ ਦੇ ਜੰਪਲ ਦੀ ਜ਼ਿਆਦਾ ਹੈ ਜਾਂ ਇੱਧਰੋਂ ਜਿਹੜੇ ਗਏ ਉਹਨਾਂ ਦੀ ਹੈ ਦੋਨੇ ਆ ਜੀ ਦੋਨੇ ਦੋਨੇ ਹੀ ਹੈ ਇਸ ਤਰ੍ਹਾਂ ਦਾ ਮਤਲਬ ਕਿ ਕੋਈ ਮਸਲਾ ਨਹੀਂ ਹੈਗਾ ਕਿ ਉੱਥੋਂ ਦੇ ਜ਼ਿਆਦਾ ਕਰਦੇ ਜਾਂ ਇੱਥੋਂ ਦੇ ਇੱਕ ਕ੍ਰਾਈਮ ਆਫ ਅਪਰਟਿਊਨਿਟੀ ਕਹ ਲੋ ਜਾਂ ਇੱਕ ਗਰੀਡ ਜਿਵੇਂ ਭੁੱਖ ਦਾ ਹੈ ਕੀਤਾ ਹੈਗਾ ਔਰ ਉਹ ਸਾਰਿਆਂ ਨੂੰ ਲੱਗਦੀ ਹੈ ਪਰ ਇਸ਼ੂ ਇਹ ਹੁੰਦਾ ਕਿ ਨਵਾਂ ਬੰਦਾ ਜਦੋਂ ਇੱਥੋਂ ਜਾਂਦਾ ਉਹ ਜਿਹੜੇ ਉੱਥੋਂ ਦੇ ਪਹਿਲਾਂ ਪ੍ਰੀਵਿਅਸਲੀ ਜਿਹੜੇ ਐਸਟੈਬਲਿਸ਼ਡ ਲੋਕ ਹੈਗੇ ਉਹਨਾਂ ਨੂੰ ਦੇਖਦਾ ਉਹਨਾਂ ਦੇ ਘਰ ਦੇਖਦਾ ਉਹਨਾਂ ਦੀਆਂ ਕਾਰਾਂ ਦੇਖਦਾ ਉਹਨਾਂ ਵਰਗਾ ਬਣਨਾ ਚਾਹੁੰਦਾ ਪਰ ਉਹ ਸਟਰਗਲ ਨਹੀਂ ਦੇਖਦੇ ਮੈਂ ਇੰਟਰਵਿਊ ਦੇ ਸ਼ੁਰੂ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸਾਰੇ ਕਿੱਤੇ ਕਿੱਤੇ ਟੈਕਸੀ ਵੀ ਚਲਾਈ ਕਾਰਨਰ ਸਟੋਰ ਤੇ ਵੀ ਕੰਮ ਕੀਤਾ ਚੋ ਤੁਸੀਂ ਉਸ ਬੰਦੇ ਦੀ ਤੁਸੀਂ ਟਾਈਮ ਲਾਈਨ ਨਾ ਦੇਖੋ ਤੇ ਸਿਰਫ ਕਮ ਵਿਕ ਜੈਕ ਹੋਸ ਅ ਪੁਲਿਸ ਆਫੀਸਰ ਹਾਂ ਥੈਟ ਇਜ਼ アンਫੇਅਰ ਇੱਥੇ ਪਹੁੰਚਣ ਨੂੰ ਵੀ ਤੁਹਾਨੂੰ ਕੁਝ ਮਿਹਨਤ ਕਰਨੀ ਪਊ ਇਹ ਇਹ ਤਾਂ ਹੈਗੀ ਹੈ ਇਹ ਇਹ ਕਿਉਂ ਇੱਥੇ ਵੀ ਹੈਗੀ ਇਹ ਜਦੋਂ ਇੱਧਰ ਆਉਂਦੇ ਮਤਲਬ ਤੁਸੀਂ ਆਏ ਹੋ ਮਤਲਬ ਜਿਹੜੀ ਉਹ ਅਗਲਾ ਪੋਰਸ਼ਨ ਆਪਾਂ ਗੱਲ ਕਰਾਂਗੇ ਜਦੋਂ ਇੱਥੇ ਲੋਕੀ ਆਉਂਦੇ ਨੇ ਜਾਂ ਉੱਥੇ ਵਿਚਰਦੇ ਆ ਉਹਨੂੰ ਦੇਖਦੇ ਨੇ ਉਹ ਇਹੀ ਇਹੀ ਨਕਸ਼ਾ ਹੁੰਦਾ ਵੀ ਐ ਇਸ ਤਰ੍ਹਾਂ ਬਣੇ ਹੋਏ ਨੇ ਤੇ ਬਣੇ ਕਿਸ ਤਰ੍ਹਾਂ ਨੇ ਕਿਹੜੀ ਸਟਰਗਲ ਚੋਂ ਲੰਘ ਕੇ ਪੈ ਗਏ ਨੇ ਉਹ ਨਹੀਂ ਸਾਹਮਣੇ ਆਉਂਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਤੇ ਉਹਦੇ ਚ ਫਿਰ ਹੁਣ ਮਤਲਬ ਜਿਹੜੀ ਉੱਥੋਂ ਦੀ ਸੋਸਾਇਟੀ ਹੈ ਜਾਂ ਮਤਲਬ ਤੁਸੀਂ ਕਹਿਆ ਸੀ ਬੱਚਿਆਂ ਨੂੰ ਗਵਾ ਲਿਆ ਹਾਂਜੀ ਉਹਦਾ ਕੀ ਮਤਲਬ ਹੈ ਵੀ ਜਿਹੜੇ ਮਾਂ ਪਿਓ ਨੇ ਉਹ ਕੇਅਰ ਨਹੀਂ ਕਰ ਸਕਦੇ ਜਾਂ ਉਹਦੇ ਵਿੱਚ ਮਤਲਬ ਉਹਦੇ ਵਿੱਚ ਮਾਂ ਪਿਓ ਦਾ ਰੋਲ ਕੀ ਹੈ ਜਾਂ ਹੋਰ ਸੋਸਾਇਟੀ ਦਾ ਕਿੱਥੇ ਫਾਲਟ ਕਿੱਥੇ ਹੈ ਦੇਖੋ ਧੋਖ ਦਿਖਾ ਕੇਾਂ ਤੋਂ ਚੱਲ ਰਿਹਾ ਕੰਮ ਹੈ ਬਲੇਮ ਗੇਮ ਜੀ ਨੂੰ ਕਹਿ ਦਿੰਨੇ ਆ ਕਿ ਜੀ ਮੈਂ ਕਿਸੇ ਦੇ ਚਪੇੜ ਮਾਰੀ ਉਹਨੇ ਗਾਂ ਮਾਰੀ ਇਸ ਤਰ੍ਹਾਂ ਦਾ ਜਿਹੜਾ ਹੈ ਬੈਕ ਐਂਡ ਫੋਰਥ ਚੱਲ ਰਿਹਾ ਕਿਉਂਕਿ ਈਜ਼ੀ ਹੁੰਦਾ ਬਲੇਮ ਕਰਨਾ ਕੋਈ ਕਤਲ ਹੋਇਆ ਗੋਲੀ ਚੱਲੀ ਕਿਸੇ ਨੌਜਵਾਨ ਮੁੰਡਾ ਮਾਰ ਗਿਆ ਪਹਿਲੀ ਸਟੇਟਮੈਂਟ ਰਾਈਟ ਵੇ ਆਉਂਦੀ ਹੈ ਜੀ ਦੇਖੋ ਜੀ ਪੇਰੈਂਟਸ ਤੱਕ ਸੂਰ ਸੀ ਉਹਨਾਂ ਨੇ ਗੈਂ ਫਿਰ ਪੇਰੈਂਟਸ ਕੇ ਅੰਦਰ ਜੀ ਪੁਲਿਸ ਨੇ ਕੁਝ ਨਹੀਂ ਕੀਤਾ ਫਿਰ ਕਮਿਊਨਿਟੀ ਰਲ ਕੇ ਦੋਨਾਂ ਨੂੰ ਬਲੇਮ ਕਰਦੀ ਹੈ। ਆ ਇਟਸ ਵੈਰੀ ਈਜ਼ੀ ਟੂ ਬਲੇਮ ਪਰ ਮੈਂ ਹਮੇਸ਼ਾ ਕਹਾਂ ਕਿ ਕੋਈ ਵੀ ਪੇਰੈਂਟਸ ਨਹੀਂ ਚਾਹੁੰਦਾ ਮੇਬੀ 0.1% ਹੋਗਾ ਜਿਹੜਾ ਕਹਿੰਦਾ ਕਿ ਮੈਨੂੰ ਕੋਈ ਇਲੀਗਲ ਜਿਹੜੀ ਕਮਾਈ ਹੈਗੀ ਉਹ ਹੋਵੇ ਗੈਰਕਾਨੂੰਨੀ ਕਮਾਈ ਸਾਡੇ ਘਰ ਚ ਆਵੇ ਪਰ ਮੋਸਟਲੀ ਪੇਰੈਂਟਸ ਨਹੀਂ ਚਾਹੁੰਦੇ ਸਾਡਾ ਬੱਚਾ ਗੈਂਗਸ ਚ ਜਾਵੇ। ਸੋ ਮੈਂ ਕੱਲ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੇਰੈਂਟਸ ਦਾ ਇਸ ਕੋਈ ਬਲੇਮ ਵਾਲੀ ਗੱਲ ਨਹੀਂ ਫਾਲਟ ਵਾਲੀ ਗੱਲ ਨਹੀਂ। ਪਰ ਕਿਤੇ ਨਾ ਕਿਤੇ ਉਹ ਬੱਚਾ ਲਈ ਤੋ ਲਿਆ। ਸੋ ਪਹਿਲਾ ਲ ਜੇ ਮੇ ਆਪਣੇ ਵੀ ਬਾਰਡਰ ਤੇ ਇੱਕ ਲਾਈਨ ਆਫ ਡਿਫੈਂਸ ਬੀਐਸਐਫ ਤੁਹਾਡੇ ਹੁੰਦੀ ਇੱਥੇ ਉਹ ਬੀਐਸਐਫ ਸਾਡੀ ਪੇਰੈਂਟਸ ਆ ਸੋ ਪੇਰੈਂਟਸ ਦੀ ਨਿਗਾਹ ਦੇ ਵਿੱਚੋਂ ਬੱਚਾ ਸਲਿੱਪ ਹੋਇਆ ਫਿਰ ਸਕੂਲ ਚ ਹੋਇਆ ਫਿਰ ਕਮਿਊਨਿਟੀ ਚ ਫਿਰ ਪੁਲਿਸ ਚ ਅਸੀਂ ਜੇ ਇੱਕ ਬੱਚਾ ਸਾਡਾ ਮਰਦਾ ਤਾਂ ਸਾਰੇ ਫੇਲ ਹੋਏਗੇ ਤਨਾ ਕਿ ਸੋ ਸਾਨੂੰ ਸਾਰਿਆਂ ਨੂੰ ਸਾਂਝਾ ਬਲੇਮ ਲੈਣਾ ਪੈਣਾ ਔਰ ਸਾਂਝੇ ਫਰੰਟ ਤੇ ਹੀ ਕੰਮ ਕਰਨਾ ਪੈਣਾ ਫਿਰ ਇਹ ਗੱਲ ਜਾ ਕੇ ਮੁੱਕਣੀ ਅਦਰਵਾਈਜ਼ ਜੇ ਆਪਾਂ ਕਹਾਂ ਕਿ ਇਹਦਾ ਖਸੂਰ ਸੀ ਉਹਦਾ ਗੱਲ ਨਹੀਂ ਪਾਣੀ ਤੇ ਕੀ ਐਫਰਟਸ ਹੋ ਰਹੀਆਂ ਨੇ ਕਿਸ ਦੀ ਹੁਣ ਤਰ੍ਹਾਂ ਦੀਆਂ ਕਿਉਂਕਿ ਮੈਂ ਪਿਛਲੇ ਸਾਲ ਉੱਥੇ ਸੀਗਾ ਜਦ ਜੂਨ ਮਹੀਨੇ ਚ ਉਹ ਬੜਾ ਇਕੱਠੀਆਂ ਤਿੰਨ ਚਾਰ ਡੈਥਸ ਹੋ ਗਈਆਂ ਤੇ ਬੜਾ ਇਸ਼ੂ ਇਹ ਫੋਕਸ ਹੋਇਆ ਇਕੱਠ ਵੀ ਹੋਏ ਤੇ ਉਦੋਂ ਕਾਫੀ ਇਹ ਹਾਰਸੀ ਤੇ ਹੁਣ ਮਤਲਬ ਕਿਸ ਤਰ੍ਹਾਂ ਕਰਬੂ ਕਰਨ ਵਾਸਤੇ ਇਹਨੂੰ ਕਿਸ ਤਰ੍ਹਾਂ ਦੇ ਐਫਰਟਸ ਹੋ ਰਹੀਆਂ ਤੁਹਾਡੀ ਉੱਥੇ ਸੁਸਾਇਟੀ ਚ ਜਿਹੜੀਆਂ ਪੰਜਾਬੀ ਸੁਸਾਇਟੀ ਚ ਖਾਸ ਕਰਕੇ ਦੇਖੋ ਹੁਣ ਪੰਜਾਬੀ ਸੁਸਾਇਟੀ ਇੱਕ ਉੱਥੇ ਉਹ ਜੀ ਕਮਿਊਨਿਟੀ ਹੈ ਜਿਹਨੇ ਸਭ ਤੋਂ ਵੱਧ ਗੈਂਗ ਦੇ ਅਵੇਅਰਨੈਸ ਕ੍ਰੀਏਟ ਕਰਨ ਲਈ ਵਰਕਸ਼ਾਪਸ ਕੀਤੀਆਂ ਫਾਰਮਸ ਕਰਵਾਏ ਓਕੇ ਪਰ ਫੇਰ ਵੀ ਸਾਡੇ ਇਹ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਗੱਲ ਕੀਤੀ ਕਿ ਕਾਫੀ ਡੈਥਸ ਹੋਈਆਂ ਤੇ ਉਸ ਤੋਂ ਬਾਅਦ ਇੱਕਦਮ ਜਿਹੜਾ ਜ਼ੋਰ ਫੜਿਆ ਇਹੀ ਸਾਡੀ ਤਰਾਸਤੀ ਹੈ ਅਸੀਂ ਠੰਡੇ ਸਮੇਂ 'ਚ ਇਹ ਗੱਲਾਂ ਨਹੀਂ ਕਰਦੇ ਗਰਮ ਸਮੇਂ ਦੇ ਅੰਦਰ ਅਸੀਂ ਇਹ ਗੱਲਾਂ ਕਰਦੇ ਉਹ ਤਈਏ ਦੇ ਤਾਪ ਵਾਂਗੂੰ ਤਿੰਨ ਦਿਨ ਚੀਜ਼ ਚੜਦੀ ਹੈ ਮੁੜ ਕੇ ਉਤਰ ਜਾਂਦੀ ਹੈ ਪਰ ਕਈ ਲੋਕਾਂ ਨੇ ਕਾਫੀ ਉੱਥੇ ਹੁਣ ਮਿਹਨਤ ਕੀਤੀ ਹੈ ਇਸ ਪਾਸੇ ਲੱਗੇ ਹੋਏ ਆ ਵੀ ਸਾਰਿਆਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਲੈ ਕੇ ਕੰਮ ਕੀਤਾ ਜਾਵੇ ਇਹ ਝੰਡੇ ਬਾਜੀ ਛੱਡੀਏ ਆਪਾਂ ਆਪਦੇ ਆਪਦੇ ਘਰਨੇ 'ਚ ਬੈਠ ਕੇ ਲੜਾਈਆਂ ਲੜਨਾ ਤੁਸੀਂ ਜਿੱਤ ਨਹੀਂ ਸਕਦੇ ਸੋ ਯੂ ਹੈਵ ਟੂ ਕਲੈਕਟਿਵਲੀ ਕਲੈਕਟਿਵਲੀ ਸਾਨੂੰ ਕੰਮ ਕਰਨਾ ਪੈਣਾ ਔਰ ਉਹਦੇ ਚ ਪੁਲਿਸ ਆਫ ਜਿਹੜੇ ਆਫੀਸਰਸ ਹੈਗੇ ਆ ਜਾਂ ਹੋਰ ਕਈ ਏਜੰਸੀਜ਼ ਹੈਗੀਆਂ ਜਿਹੜੀਆਂ ਪ੍ਰੀਵੈਂਸ਼ਨ ਵਾਲੇ ਪਾਸੇ ਲੱਗੀਆਂ ਹੋਈਆਂ ਕਿਉਂਕਿ ਹਿਸਟੋਰੀਕਲੀ ਦੇਖੋ ਪੁਲਿਸ ਦਾ ਕੰਮ ਕੀ ਹੈ ਕ੍ਰਾਈਮ ਨੂੰ ਰੋਕਣਾ ਤੇ ਜਿਹੜੇ ਬੰਦੇ ਕ੍ਰਾਈਮ ਕਰਦੇ ਉਹਨਾਂ ਨੂੰ ਜੇਲ੍ਹਾਂ ਚ ਸਿੱਟਣਾ ਜਾਂ ਸਜ਼ਾ ਦਿਵਾਉਣੀ ਪਰ ਹੁਣ ਰੋਲ ਚੇਂਜ ਹੋ ਰਿਹਾ ਇਹ ਗਲੋਬਲੀ ਚੇਂਜ ਹੋ ਰਿਹਾ ਚਾਹੇ ਉਹ ਤੁਸੀਂ ਡੀਈਏ ਨੂੰ ਦੇਖ ਲਓ ਯੂਐਸ ਤੇ ਇਹਨੂੰ ਉਹ ਵੀ ਜਿਹੜੇ ਪ੍ਰिवेंशन ਵਾਲੇ ਪਾਸੇ ਜਾ ਰਹੇ ਪ੍ਰਵੰਸ਼ਨ ਨੂੰ ਜਿਆਦਾ ਕੀ ਬਜਾਈ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾਉਣ ਦੀ ਬਜਾਏ ਉਹਨੂੰ ਗੈਂਗਸਟਰ ਬਣਨ ਤੋਂ ਅਸੀਂ ਰੋਕੀਏ ਪਹਿਲਾਂ ਹੀ ਇਸ ਪਾਸੇ ਕੰਮ ਕਾਫੀ ਹੋ ਰਿਹਾ ਜੀ ਕੋਈ ਸਪੈਸੀਫਿਕ ਵਿਸ਼ੇਸ਼ ਐਗਜ਼ਾਮਪਲ ਜਿਹੜੀ ਕਿਸੇ ਫੈਮਿਲੀ ਦੀ ਤੁਹਾਡੇ ਧਿਆਨ ਚ ਹੋਵੇ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਐਡਮਿੰਟਨ ਦੇ ਵਿੱਚ ਮੈਂ ਜਦੋਂ ਕੰਮ ਕਰਦਾ ਸੀ ਦੋ ਬੱਚੇ ਸੀ ਉੱਥੋਂ ਦੇ 15 16 ਸਾਲ ਦੇ ਪਹਿਲਾਂ ਲੜਾਈਆਂ ਸ਼ੁਰੂ ਕੀਤੀਆਂ ਫਿਰ ਉਹਨਾਂ ਨੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕੀਤੀਆਂ ਸਟੈਬਿੰਗਸ ਇਦੋਂ ਦੇਖ ਕਰਕੇ ਪਾਈਪ ਬੌਮਬਸ ਬਣਾਉਣੇ ਸ਼ੁਰੂ ਕੀਤੇ ਅੱਛਾ ਇਹ ਤੜੇ ਬਾਜੀ ਚ ਤਾਂ ਪਤਾ ਨਹੀਂ ਕਿ ਉਹਦੀ ਟ੍ਰੈਜੈਕਟਰੀ ਕਿੱਧਰ ਨੂੰ ਜਾ ਰਹੀ ਹੈ ਸੋ ਮੈਂ ਉੱਥੇ ਹੋਰ ਆਪਣੇ ਕਾਫੀ ਲੋਕ ਸੀ ਜਿਨ੍ਹਾਂ ਨਾਲ ਰਲ ਕੇ ਇਕੱਲੇ ਦਾ ਕੋਈ ਐਫਰਟ ਨਹੀਂ ਸੀਗਾ ਟੀਮ ਵਰਕ ਸੀਗਾ ਅਸੀਂ ਕਾਫੀ ਕੰਮ ਕੀਤਾ ਉਹਨਾਂ ਬੱਚਿਆਂ ਤੇ ਔਰ 14 15 ਵਜੇ ਤੋਂ ਉਹਦੇ ਦੋ ਖਾਸ ਕਰਕੇ ਜਿਹੜੇ ਸੀਗੇ ਕਾਫੀ ਫੋਕਸ ਕੀਤਾ ਉਹਨਾਂ ਤੇ ਔਰ ਪ੍ਰੀਵੈਂਸ਼ਨ ਉਹ ਸਾਨੂੰ 6 ਮਹੀਨੇ ਲੱਗੇ ਕਾਫੀ ਪੀਣੀ ਘਰੇ ਜਾਣਾ ਮਿਲਣਾ ਗੱਲਾਂ ਬਾਤਾਂ ਕਰਨੀਆਂ ਵਿਦਆਊਟ ਐਨੀ ਇਹ ਨਹੀਂ ਸਾਨੂੰ ਇਨਫੋਰਮੇਸ਼ਨ ਚਾਹੀਦੀ ਸੀ ਕੋਈ ਇੱਕ ਰਿਲੇਸ਼ਨਸ਼ਿਪ ਕ੍ਰੀਏਟ ਕਰਨਾ ਹੁੰਦਾ ਤੁਸੀਂ ਜਿਹੜਾ ਕਿ ਪੋਜ਼ਿਟ ਮੈਂਟਰਸ਼ਿਪ ਕਰਨੀ ਹੁੰਦੀ ਬੱਚੇ ਦੀ 5 ਸਾਲ ਉਸ ਤੋਂ ਬਾਅਦ ਮੈਨੂੰ ਫੈਮਿਲੀ ਉਹਨਾਂ ਦੀ ਮਿਲੀ ਔਰ ਬੜੀ ਖੁਸ਼ੀ ਨਾਲ ਦੱਸਿਆ ਕਿ ਦੋਨੇ ਬੱਚੇ ਯੂਨੀਵਰਸਿਟੀ ਚਲੇ ਗਏ ਬੱਚ ਗਏ ਮਤਲਬ ਬੱਚ ਗਏ ਸਭ ਤੋਂ ਵੱਡਾ ਵਰਡ ਮੇਰੀ ਲਾਈਫ ਦਾ ਯਾਨੀ ਇਸ ਤਰ੍ਹਾਂ ਦੀਆਂ ਸਟੋਰੀਜ਼ ਹੈਗੀਆਂ ਔਰ ਇਸ ਦੀ ਕਿੰਨੀਆਂ ਅਨੇਕਾਂ ਸਟੋਰੀਜ਼ ਹੈ ਜਿੱਥੇ ਹੋਰ ਪੁਲਿਸ ਆਫਿਸਰਸ ਨੇ ਵੀ ਬੱਚਿਆਂ ਦੇ ਨਾਲ 1-on-1 ਜਿਹੜੀ ਇੰਟਰਐਕਸ਼ਨਸ ਕਰਕੇ ਉਹ ਬੱਚੇ ਉਸ ਖਲਜਗਨ ਚੋਂ ਕੱਢ ਲਏ ਮੈਂ ਪਹਿਲਾਂ ਇੱਕ ਸਵਾਲ ਕੀਤਾ ਸੀ ਵੀ ਉੱਥੇ ਦੀ ਐਫਰਟਸ ਕੀ ਹੋ ਰਹੀਆਂ ਨੇ ਕੋਸ਼ਿਸ਼ਾਂ ਕੀ ਹੋ ਰਹੀਆਂ ਨੇ ਤੇ ਉਹਦੇ ਚ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਜਦੋਂ ਮੁਸ਼ਕਿਲ 'ਚ ਆ ਜਾਂਦੇ ਆ ਫਿਰ ਜੇ ਕੋਈ ਕਿਸੇ ਨੂੰ ਐਕਸਪਲੋਇਟੇਸ਼ਨ ਹੋਏ ਨਹੀਂ ਜਿਵੇਂ ਲੜਕੀਆਂ ਦੇ ਤਰੀਕੇ ਜਾਂ ਲੜਕੇ ਵੀ ਜਿਹੜੇ ਕੋਈ ਐਕਸਪਲੋਇਟ ਕਰ ਰਹੇ ਆ ਉਹਨਾਂ ਨੂੰ ਤਾਂ ਕੋਈ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਜਿਹੜਾ ਮੈਂ ਪੁੱਛਿਆ ਸੀ ਵੀ ਕੋਈ ਹੈਗਾ ਜਿੱਥੇ ਅਪਰੋਚ ਕਰ ਲੈਣੋ ਬਿਲਕੁਲ ਜੀ ਪਹਿਲੇ ਤਾਂ ਤੁਸੀਂ ਪੁਲਿਸ ਨੂੰ ਕਿਸੇ ਟਾਈਮ ਉੱਥੇ ਅਪਰੋਚ ਕਰ ਸਕਦੇ ਹੋ ਡਾਇਰੈਕਟਲੀ ਹਾਂ ਇੱਕ ਤਾਂ ਪਹਿਲਾ ਜਿਹੜਾ ਸਟੈਪ ਹੈਗਾ ਔਰ ਕਈ ਵਾਰ ਕੀ ਹੁੰਦਾ ਕਿ ਝਿਜਕ ਹੁੰਦੀ ਇਹਨਾਂ ਨੂੰ ਕਿ ਸਾਨੂੰ ਡਿਪੋਰਟ ਕਰ ਦੇਣਗੇ ਜੀ ਸਾਨੂੰ ਇਸ ਤਰ੍ਹਾਂ ਹੋ ਜਾਊਗਾ ਹਾਂ ਮਤਲਬ ਹੁੰਦਾ ਹੈ ਨਾ ਕਈ ਵਾਰੀ ਕਾਗਜ਼ ਨਹੀਂ ਪੂਰੇ ਹੋਰ ਨਹੀਂ ਗਿਆ ਜਮਲਾ ਇਸ ਤਰ੍ਹਾਂ ਦੀ ਸੁਆਪ ਵੀ ਗਲਤੀ ਕੀਤੀ ਹੁੰਦੀ ਕਈ ਵਾਰੀ ਪਰ ਮੈਂ ਇਹ ਗੱਲ ਕਨਵੇ ਕਰਨੀ ਚਾਹੁੰਦਾ ਕਿ ਚਾਹੇ ਤੁਸੀਂ ਕੁਝ ਵੀ ਗਲਤੀ ਕੀਤੀ ਹੋਵੇ ਕਿਸੇ ਦਾ ਹੱਕ ਨਹੀਂ ਤੁਹਾਨੂੰ ਐਕਸਪਲੋਇਟ ਕਰਨ ਨੂੰ ਠੀਕ ਹੈ ਕੋਈ ਕਿੱਡਾ ਤਕੜਾ ਬੰਦਾ ਹੋਵੇ ਕੋਈ ਬਿਜ਼ਨਸ ਹੋਵੇ ਕੋਈ ਕੁਝ ਵੀ ਹੋਵੇ ਤੁਹਾਨੂੰ ਡਰਨ ਦੀ ਲੋੜ ਨਹੀਂ ਸਿਸਟਮ ਤੁਹਾਨੂੰ ਪ੍ਰੋਟੈਕਟ ਕਰੂਗਾ ਉੱਥੇ ਹੂੰ ਦੂਸਰੀ ਗੱਲ ਕਿ ਜਿਹੜੀ ਆ 1 ਵੌਇਸ ਕੈਨੇਡਾ ਸੰਸਥਾ ਬਣਾਈ ਹੈ ਗਰੁੱਪ ਬ ਠੀਕ ਹੈ ਇਹ ਦਪਿੰਦਰ ਕੌਰ ਸਰੌਣ ਜਿਹੜੇ ਹੈਗੇ ਮੈਂ ਅੱਗੇ ਵੀ ਨਾਮ ਲਿਆ ਸੀ ਉਹਨਾਂ ਨੇ ਕਾਫੀ ਸਰੀ ਬੇਸਡ ਹੀ ਨੇ ਹਾਂਜੀ ਸਰੀ ਬੇਸਡ ਹੈਗਾ ਪਰ ਇਹ ਕਾਫੀ ਐਕਸਪੈਂਡ ਹੋ ਰਿਹਾ ਹੁਣ ਅੱਛਾ ਔਰ ਇਹਦੇ ਚ ਸਾਰੇ ਪ੍ਰੋਫੈਸ਼ਨਲਸ ਇਕੱਠੇ ਹੋ ਕੇ ਕੰਮ ਕਰਨਗੇ ਕੋਈ ਝੰਡਾ ਨਹੀਂ ਕੋਈ ਬੈਨਰ ਨਹੀਂ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ ਕੋਈ ਪੋਲਿਟੀਕਲ ਅਫੀਲੀਏਸ਼ਨਸ ਨਹੀਂ ਹੈਗੀਆਂ ਸਿਰਫ ਤੇ ਸਿਰਫ ਸਟੂਡੈਂਟਸ ਨੂੰ ਹੈਲਪ ਕਰਨ ਨੂੰ ਉਹਨਾਂ ਨੂੰ ਸੈਟਲ ਕਰਨ ਨੂੰ ਹੈਲਪ ਗਰੁੱਪ ਜਿਵੇਂ ਕਹਿ ਰਹੇ ਸੀ ਸਰਕਲ ਗਰੁੱਪ ਬਣਾਇਆ ਹੈਗਾ ਕਿਉਂਕਿ ਇਹ ਹੈਗਾ 1 ਵੌਇਸ ਕੈਨੇਡਾ 1 ਵੌਇਸ ਕੈਨੇਡਾ ਹਾਂਜੀ ਇਹਦੀ ਵੈਬਸਾਈਟ ਵੀ ਹੈ ਉਹ ਸਕ੍ਰੀਨ ਤੇ ਵੀ ਨੰਬਰ ਛੱਡਣਾ ਹੈ ਹਾਂਜੀ ਉਹ ਹੈਲਪ ਨੰਬਰ ਜਿਹੜਾ ਹੈਗਾ ਸਕ੍ਰੀਨ ਤੇ ਛੱਡ ਕੇ ਅਸੀਂ ਉਹ ਕਰ ਵੀ ਦੇਵਾਂ ਹਾਂਜੀ ਸੋ ਇੱਥੇ ਕੋਈ ਵੀ ਸਟੂਡੈਂਟ ਜਿਹੜਾ ਹੈਗਾ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਉਹਨੂੰ ਕਰਨਾ ਪਿਆ ਰਿਹਾ ਤੇ ਉਹ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਜਿਹੜੀ ਇੱਕ ਹੋਰ ਵੱਡਾ ਮਸਲਾ ਦੇਖਣ ਨੂੰ ਆਇਆ ਕਿ ਇਹਨਾਂ ਚ ਡਿਪਰੈਸ਼ਨ ਤੇ ਜਿਹੜੀ ਮੈਂਟਲ ਹੈਲਥ ਇਸ਼ੂਜ਼ ਕਾਫੀ ਆ ਰਹੇ ਆ ਅੱਛਾ ਕਿਉਂਕਿ ਇੱਕ ਤਾਂ ਸੈਕਸ਼ੂਅਲ ਐਕਸਪਲੋਇਟੇਸ਼ਨ ਦਾ ਹੋ ਗਿਆ ਇੱਕ ਲੁੱਟਖਸੁੱਟ ਕੰਮ ਦੀ ਹੋ ਗਈ ਕਿ ਤੁਹਾਨੂੰ ਅੰਡਰਕਟ ਕਰਕੇ ਪੈਸੇ ਨਹੀਂ ਦਿੱਤੇ ਜਾਂਦੇ ਪ੍ਰੋਪਰ ਔਰ ਉਹਦੇ ਨਾਲ ਜਿਹੜਾ ਬੇਸਮੈਂਟਾਂ 'ਚ ਰਹਿਣਾ ਵੀ ਇੱਕ ਆਪਣੇ ਆਪ 'ਚ ਬੜਾ ਬਿਲਕੁਲ ਹੁਣ ਬੇਸਮੈਂਟਾਂ 'ਚ ਵੀ ਕੁੱਕੜਾ ਵਾਂਗੂ ਤਾੜੇ ਹੋਏ ਬੱਚੇ ਕਈਆਂ ਨੇ ਹਨਾ ਫਿਰ ਕਹਿੰਦੇ ਕਿ ਸਾਨੂੰ ਪ੍ਰੋਬਲਮਜ਼ ਆ ਰਹੀਆਂ ਯੂ نو WhatsApp ਤੇ ਵੀਡੀਓ ਸ਼ੇਅਰ ਕਰਨਾ ਕੁਝ ਨਹੀਂ ਹੋਣਾ ਪਹਿਲਾਂ ਅਸੀਂ ਆਪ ਜਿਹੜੇ ਘਰ ਦੇ ਮਾਲਕ ਹੈਗੇ ਆ ਉਹਨਾਂ ਨੂੰ ਵੀ ਚਾਹੀਦਾ ਕੋਈ ਸਾਈਨ ਕਰਾਉਣ ਬੱਚਿਆਂ ਨੂੰ ਦੱਸਣ ਕਿ ਇਸ ਤਰ੍ਹਾਂ ਰਹਿਣਾ ਆਹ ਪਾਲਿਸੀ ਆਹ ਡਿਪੋਜ਼ਿਟ ਆ ਉਹ ਨਹੀਂ ਹੋ ਰਿਹਾ ਇੱਕ ਬੇ ਨੇਚਰਲੀ ਉੱਥੇ ਗੰਦਾ ਪਊਗਾ। ਹੂੰ। ਸੋ ਉਹ ਇੰਨੀ ਈਜ਼ੀ ਲਾਈਫ ਨਹੀਂ ਹੈਗੀ। ਤਾਂ ਉਹਦੇ ਨਾਲ ਫਿਰ ਮੈਂਟਲ ਹੈਲਥ ਇਸ਼ੂਸ ਪੈਦਾ ਹੁੰਦੇ, ਡਿਪਰੈਸ਼ਨ ਹੁੰਦਾ, ਓਵਰਡੋਸ ਡੈਥਸ ਹੋ ਰਹੀਆਂ ਬੱਚਿਆਂ ਦੀਆਂ। ਅੱਛਾ ਉਹ ਜਿਹੜੇ ਨਵੇਂ ਗਏ ਹੁੰਦੇ ਉਹਨਾਂ ਦੇ ਕੋਲ ਇੰਸ਼ੋਰੈਂਸ ਹੁੰਦੀ ਨਹੀਂ। ਖਰਚਾ ਮੈਡੀਕਲ ਦਾ ਬੜਾ ਬਹੁਤ ਔਖਾ ਹੋ ਰਿਹਾ ਜੀ ਉਹਨਾਂ ਨੂੰ। ਅੱਛਾ ਫੇਰ ਜਿਹੜਾ ਹੈਗਾ ਕਿ ਓਵਰਡੋਸ ਡੈਥ ਨਾਲ ਬੱਚੇ ਮਰੇ ਉੱਥੇ। ਓਵਰਡੋਸ। ਹਾਂ, ਡਰਗ ਦਾ ਸਰ ਆ ਲੈਣਾ ਸ਼ੁਰੂ ਕਰ ਦਿੰਦੇ ਹੋ। ਹੂੰ। ਫੇਰ ਡਰਗ ਵੇਚਣ ਵਾਲੇ ਪਾਸੇ ਆ ਜਾਂਦੇ ਆ। ਕਿਉਂਕਿ ਜਿਹੜੇ ਉਹੀ ਆਪਾਂ ਪਹਿਲਾਂ ਗੱਲ ਕਰਦੇ ਸੀ ਜਿਹੜਾ ਵਰਗ ਹੈਗਾ ਉਹ ਚਾਹੁੰਦਾ ਵੀ ਇਹ ਵਲਨਰੇਬਲ ਜਿਹੜਾ ਹੈਗਾ ਇਹ ਇਸ ਵਰਗ ਹੈਗਾ ਇਹਨੂੰ ਐਕਸਪਲੋਇਟ ਕੀਤਾ ਜਾਵੇ ਸੋ ਹਰ ਕ ਤਰੀਕੇ ਨਾਲ ਸਾਡੇ ਬੱਚੇ ਉੱਥੇ ਐਕਸਪਲੋਇਟ ਹੋ ਰਹੇ ਆ ਔਰ ਇਹਨਾਂ ਨੂੰ ਮੈਂ ਕਹਿੰਨਾ ਕਿ ਇਹਨਾਂ ਨੂੰ ਪਾੜ ਕੇ ਦੇਖਣਾ ਬੰਦ ਕਰਨਾ ਪੈਣਾ ਕਿ ਇਹ ਇੰਟਰਨੈਸ਼ਨਲ ਸਟੂਡੈਂਟਸ ਆ ਦੂਜੇ ਇਹ ਸਾਡੇ ਬੱਚੇ ਸਾਰੇ ਸੋ ਸਾਨੂੰ ਇਹਨਾਂ ਨੂੰ ਸਾਹਮਣਾ ਪੈਣਾ ਹੋਰ ਕਮਿਊਨਿਟੀਜ਼ ਦੇ ਬੱਚੇ ਜਿੰਨੇ ਵੀ ਹੁੰਦੇ ਉਹਨਾਂ ਨੂੰ ਸਾਹਮਣ ਦੇ ਅਸੀਂ ਨਹੀਂ ਸਾਹਮਣ ਰਹੇ ਅਸੀਂ ਇਹਨਾਂ ਨੂੰ ਡਿਵਾਈਡ ਕਰਦੇ ਹਾਂ ਜੀ ਆ ਅਸੀਂ ਪਹਿਲਾਂ ਵਾਲੇ ਆਏ ਹਾਂ ਅਸੀਂ ਨਵੇਂ ਆਏ ਹਾਂ ਆ ਇ ਦੇਖਿਆ ਜਦ ਵੀ ਹਰ ਬੰਦਾ ਮਾਈਗ੍ਰੇਟ ਹੋ ਕੇ ਗਿਆ ਪਰ ਪ੍ਰੋਬਲਮ ਹੈ ਕਿ ਅਸੀਂ ਆਪਣਾ ਪਿਛੋਕੜ ਭੁੱਲੇ ਵੀ ਹੋ ਜਾਂਦਾ ਨਾ ਜਿਵੇਂ ਯੂ ਐਸ اے ਜਾ ਇੱਥੇ ਵੀ ਜਾਂਦੇ ਜਿਵੇਂ ਹੁਣ ਪਹਿਲਾਂ ਵੀ ਅਸੀਂ ਇਹ ਬੱਸ ਚੜ ਗਏ ਹੁਣ ਜਿਹੜੇ ਪਿਛਲੇ ਆਏ ਆ ਉਹਨਾਂ ਨੂੰ ਨਹੀਂ ਚੜਨ ਦੇਣਾ ਉਹਨਾਂ ਨੂੰ ਚੜ ਨਹੀਂ ਦੇਣਾ ਪੀੜ ਹੋ ਗਈ ਉਹਨਾਂ ਰਹਿਣ ਦੇ ਉਹਨਾਂ ਥੱਲੇ ਸੋ ਜਿਹੜਾ ਬੰਦਾ ਵੀ ਆਪਣੇ ਪਾਸ ਤੇ ਉੱਤੇ ਪਿਸਤੌਲ ਨਾਲ ਗੋੜੀ ਚਲਾਊਗਾ ਨਾ ਉਹਨੂੰ ਫਿਊਚਰ ਜਿਹੜਾ ਥੋੜਾ ਤੋਪਣਾ ਡਾਊਗਾ ਸੋ ਕਦੇ ਵੀ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਆਪਦਾ ਜਿੱਥੋਂ ਅਸੀਂ ਚੱਲੇ ਆ ਜੋ ਅਸੀਂ ਜਿੱਥੋਂ ਜਿੱਥੇ ਪਹੁੰਚੇ ਆ ਇੱਕ ਰਾਹ ਚੁਣਿਆ ਸੀ ਹੁਣ ਸਾਨੂੰ ਚਾਹੀਦਾ ਕਿ ਅਗਲਾ ਰਾਤ ਥੋੜਾ ਜਿਹਾ ਉਹਨਾਂ ਬੱਚਿਆਂ ਵਾਸਤੇ ਈਜ਼ੀ ਕਰੀਏ ਹਰੇਕ ਨੂੰ ਸਟਰਗਲ ਕਰਨ ਦੀ ਉਹਨਾਂ 'ਤੇ ਲੋਡ ਨਹੀਂ ਹੈਗੀ ਜੇ ਇੰਨੀ ਸਾਡੀ ਕਮਿਊਨਿਟੀ ਸਟੈਬਲਿਸ਼ ਹੈ ਅਸੀਂ ਇਹਨਾਂ ਬੱਚਿਆਂ ਨੂੰ ਸਾਂਭ ਸਕਦੇ ਹਾਂ ਬਸ਼ਰਤੇ ਕਿ ਇਹ ਵੀ ਸਹੀ ਰਾਹ ਤੇ ਚੱਲਣ ਔਰ ਜਿਹੜੇ ਨਹੀਂ ਚੱਲਦੇ ਉਹਨਾਂ ਨੂੰ ਕਰਨੀਅਾ ਥੀ ਲਾਓ ਚਲੋ ਹੁਣ ਥੋੜੇ ਜਿਹਾ ਮੈਂ ਕੁਝ ਹੋਰ ਗੱਲਾਂ ਕਰਨੀ ਆ ਇੱਕ ਤਾਂ ਮੈਂ ਇਹਨੂੰ ਇਹ ਦੱਸੂ ਕਿ ਤੁਹਾਡਾ ਜਿਹੜਾ ਪੁਲਿਸ ਦਾ ਉੱਥੇ ਹਾਇਰ ਆਰਕੀ ਕਿਸ ਤਰ੍ਹਾਂ ਦੀ ਹੈ ਸਾਡੇ ਜਿਵੇਂ ਨਾ ਕਨਸਟੇਬਲ ਤੇ ਉਸ ਤੋਂ ਬਾਅਦ ASI SI ਸਬ ਇਨਸਪੈਕਟਰ ਇਨਸਪੈਕਟਰ ਫਿਰ DSP DIG ਤੋਂ DSP ਤੋਂ SP SSP ਦੀ ਸਾਡੇ ਇਹ ਤੋਂ ਹੇਰਰਕੀ ਡੀਜੀਪੀ ਤੱਕ ਚੱਲਦੀ ਹੈ ਤੁਹਾਡੇ ਉਥੇ ਪੁਲਿਸ ਦੀ ਹੇਰਰਕੀ ਕਿਵੇਂ ਹੈ RCMP ਚ ਕਿਵੇਂ ਹੈ ਜਾਂ ਦੁਸਤ ਸਾਡੇ ਇਟਾ ਵੱਡਾ ਮਸਲਾ ਜਿਵੇਂ ਥੋੜੇ ਬਹੁਤ ਛੋਟੇ ਛੋਟੇ ਨਿੱਕੇ ਨਿੱਕੇ ਸਟੈਪਸ ਹੈਗੇ ਇਸ ਤਰ੍ਹਾਂ ਨਹੀਂ ਹੈਗੇ ਸਾਡੇ ਜਿਵੇਂ ਕਨਸਟੇਬਲ ਰੈਂਕ ਤੋਂ ਸ਼ੁਰੂ ਹੋ ਕੇ ਇੱਕ ਡਿਟੈਕਟਿਵ ਰੈਂਕ ਵੀ ਹੈਗਾ ਵਿੱਚ ਉਹ ਮਿਨਿਸਪਲ ਡਿਪਾਰਟਮੈਂਟਸ ਚ ਹੈਗਾ ਫਿਰ ਕੋਰਪਲ ਫਿਰ ਸਰਜੈਂਟ ਕਾਰਪੋਰਲ ਸਰਜੈਂਟ ਹਾਂਜੀ ਫਿਸਟ ਆਫ ਸਰਜੈਂਟ ਕਾਰਪੋਰਲ ਕਾਰਪੋਰਲ ਸਰਜੈਂਟ ਹਾਂਜੀ ਫਿਸਟ ਆਫ ਸਰਜੈਂਟ ਇਨਸਪੈਕਟਰ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਸੁਪਰਿੰਟੈਂਡੈਂਟ ਰੈਂਕ ਆ ਜਾਂਦੇ ਆ ਅੱਛਾ ਤੇ ਜਿਹੜੀ ਆਪਰੇਸ਼ਨਲ ਰੈਂਕਸ ਹੈਗੇ ਆ ਟੌਪ ਪੋਸਟ ਕਿਹੜੀ ਹੈ ਟੌਪ ਪੋਸਟ ਜਿਹੜੀ ਹੈ ਕਮਿਸ਼ਨਰ ਦੀ ਹੁੰਦੀ ਹੈ ਜੀ ਕਮਿਸ਼ਨਰ ਹਾਂਜੀ ਸੋ ਇਹਦੇ ਚ ਇਹ ਹੈ ਕਿ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਕਾਫੀ ਇੱਕ ਦੋ ਬੰਦੇ ਜਿਹੜੇ ਹੈਗੇ ਆ ਉਹ ਆਪਣੇ ਚੀਫ ਸੁਪਰਡੈਂਟ ਲੈਵਲ ਤੇ ਕਰਵੀ ਪਹੁੰਚੇ ਹੈਗੇ ਪਹੁੰਚੇ ਸੋ ਰੈਂਕ ਦੇ ਨਾਲ ਨਾਲ ਮੈਂ ਦੇਖਿਆ ਕਿ ਅਥਾਰਟੀ ਸਾਰਿਆਂ ਦੀ ਇਹਨਾਂ ਦੀ ਫੁੱਲ ਪਾਵਰਸ ਹੈਗੀਆਂ ਨੇ ਸਾਰਿਆਂ ਨੂੰ ਏ ਨਹੀਂ ਉਸ ਤਰ੍ਹਾਂ ਦੀ ਹਾਇਰਕੀ ਨਹੀਂ ਹੈਗੀ ਕਿ ਇਹਨੇ ਉਹਨੂੰ ਆਰਡਰ ਦਿੱਤਾ ਤੇ ਤੁਸੀਂ ਆ ਨਹੀਂ ਕਰ ਸਕਦੇ ਤੇ ਉਹਨੂੰ ਛੱਡ ਦਿਓ ਇਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ ਉੱਥੇ ਜਿਹੜਾ ਪੇ ਗ੍ਰੇਡ ਹੈਗਾ ਤੁਹਾਡਾ ਉਹ ਆਪਣੀ ਰੈਂਕ ਦੇ ਹਿਸਾਬ ਨਾਲ ਤੁਹਾਡਾ ਵੱਧਾ ਰਹਿੰਦਾ ਪੇ ਗ੍ਰੇਡ ਮਤਲਬ ਹਾਂਜੀ ਉਹ ਤੁਹਾਡਾ ਵੱਧਾ ਰਹਿੰਦਾ ਉਸ ਹਿਸਾਬ ਨਾਲ ਕਿਸ ਤਰ੍ਹਾਂ ਮਤਲਬ ਕਿੰਨੀ ਇੱਕ ਬਾਕੀ ਸੁਸਾਇਟੀ ਦੇ ਮੁਕਾਬਲੇ ਪੁਲਿਸ ਦੀਆਂ ਜਿਹਨੇ ਪੇ ਕਾਫੀ ਚੰਗੀ ਪੇ ਹੈਗਾ ਜੀ ਚੰਗੀ ਹਾਂਜੀ ਇਹਦੇ ਵਿੱਚ ਜਿਵੇਂ ਕਹੋ ਕਿ ਸਰਜਨ ਰੈਂਕ ਦਾ ਕੋਈ 1 ਲੱਖ 20 ਹਜ਼ਾਰ ਡਾਲਰ ਜਿਹੜਾ ਹੈਗਾ ਸਾਲ ਦਾ ਹਾਂ ਉਹ ਤੁਹਾਨੂੰ ਇੰਨਾ ਕਹੇਗਾ ਡਿਪੈਂਡਿੰਗ ਇਹ ਵੇਰੀ ਕਰਦਾ ਏਰੀਆ ਟੂ ਏਰੀਆ ਕਿਹੜੀ ਪੁਲਿਸ ਨਾਲ ਤੁਸੀਂ ਕੰਮ ਕਰਦੇ ਹੋ ਪਰ ਇੰਨਾਕ ਤੁਹਾਡਾ ਹੈਗਾ ਕਾਫੀ ਚੰਗੀ ਪੇ ਹੈ ਵੈਰੀ ਰੈਪਿਊਟੇਬਲ ਹੈਗੀ ਹੈ ਪਰ ਇਹਦੇ ਚ ਵੀ ਹਜੇ ਆਪਾਂ ਜਿਹੜੀ ਪੰਜਾਬੀ ਭਾਈਚਾਰਾ ਫੇਰ ਉੱਥੇ ਬਾਲੇ ਬੱਚੇ ਭੇਜ ਕੇ ਰਾਜੀ ਨਹੀਂ ਇਧਰ ਨੂੰ ਕਿਉਂ ਕਾਮ ਕੌਮ ਸਾਡੀ ਬੜੀ ਹੈਗੀ ਹੈ ਮਾਰਸ਼ਲ ਹੈ ਨਾ ਤੇ ਪਰ ਨਾ ਸੀ ਮਿਲਟਰੀ ਚ ਭੇਜ ਕੇ ਰਾੜੀ ਇਸ ਗੱਲ ਤੋਂਤਾ ਜੀ ਹਾਂਜੀ ਹਾਂਜੀ ਨਾ ਪੁਲਿਸ ਚ ਬਹੁਤ ਕਹੇ ਵੀ ਬਹੁਤ ਕਟਗਿੰਤੀ ਹੈ ਜਿਸ ਸਾਬ ਨਾਲ ਸਾਡੀ ਪੋਪੂਲੇਸ਼ਨ ਹੈ ਉਸ ਸਾਬ ਨਾਲ ਬਹੁਤ ਬੱਚੇ ਸਾਡੀ ਪੋਪੂਲੇਸ਼ਨ ਦਾ ਪਰਸੈਂਟੇਜ ਘਟਾਤਾ ਹੈ ਹਾਲਾਂਕਿ ਜਦੋਂ ਸਬ ਪਛੋਕੜ ਆਪਾਂ ਦੇਖਦੇ ਆਂ ਆਪਣਾ ਹਾਂ ਇੱਕ ਪ੍ਰੋਸਟੇਟ ਕਮਿਊਨਿਟੀ ਤੇ ਇੰਡੀਆ ਇੱਥੇ ਤਾਂ ਬਹੁਤ ਸੀ ਪਹਿਲਾਂ ਹੁਣ ਇੱਥੇ ਹੁਣ ਇੱਥੇ ਵੀ ਘਟ ਗਿਆ ਵਜੇ ਹਾਂ ਉੱਥੇ ਸਮਝ ਜ਼ਿਆਦਾ ਹੋਣਾ ਚਾਹੀਦਾ ਪਰ ਉਹਦੀ ਇੱਕ ਲੈਕ ਆਫ ਇਨਫੋਰਮੇਸ਼ਨ ਪੇਰੈਂਟਸ ਕੋਲੇ ਵੀ ਪੁਲਿਸ ਦੀ ਨੌਕਰੀ ਕਰਨੀ ਕੋਈ ਈ ਡੀ ਖਤਰੇ ਵਾਲੀ ਗੱਲ ਨਹੀਂ ਹੈਗੀ ਯੂ نو ਬੜੀ ਵਧੀਆ ਪਰ ਉਹਦੇ ਵਾਸਤੇ ਨੌਕਰੀ ਹੈ ਜਿਹੜਾ ਮੇਰਾ ਰਿਸ਼ਤੇਰ ਪਰਤੀ ਮਿਲਗੋਇਆ ਅਦਰ ਇਸ ਜਗਾ ਹੋ ਉਹ ਜੇਲ ਕਰੈਕਸ਼ਨਲ ਅਫੀਸਰ ਹੈਗਾ ਉਹ ਪਰ ਉਹਦੇ ਹਾਰਡ ਐਂਟਰ ਕਰਨਾ ਕਾਫੀ ਮੁਸ਼ਕਲ ਹੈ ਉਹਦੇ ਟੈਸਟ ਤੇ ਦੂਸਰੇ ਹੋਰ ਜਿਹੜੀ ਮਿਹਨਤ ਕਰਨੀ ਪੇਪਰਸ ਹੈਗੇ ਨੇ ਹੋਰ ਹੈਗੇ ਉਹ ਮੈਂ ਕਹਾ ਕਾਫੀ ਐਂਟਰੀ ਮੁਸ਼ਕਲ ਹੈ ਸੌਖਾ ਜ਼ਿੰਦਗੀ ਚ ਕੁਝ ਵੀ ਨਹੀਂ ਹੈਗਾ ਕਿਸੇ ਵੀ ਮਕਾਮ ਤੇ ਪਹੁੰਚਣਾ ਮੇ ਮੇਰੀ ਪਰਤੀ ਹੋਈ ਤਾਂ ਕੋਈ ਵੀ ਹੋ ਸਕਦਾ ਹੈ ਨਾ ਸੋ ਇਹ ਮੰਨ ਕੇ ਆਪਾਂ ਚੱਲੀਏ ਮਤਲਬ ਸਟੈਪਸ ਹੈਗੇ ਤੁਹਾਨੂੰ ਪ੍ਰੀਪੇਅਰ ਕਰਨਾ ਪੈਣਾ ਆਪਣੇ ਆਪ ਨੂੰ ਸ਼ੁਰੂ ਤੁਸੀਂ ਬੈਸੋ ਇੱਕ ਐਪਲੀਕੇਸ਼ਨ ਤੋਂ ਕਰਨਾ ਪਹਿਲਾ ਐਜੂਕੇਸ਼ਨ ਲਓ ਰ ਐਪਲੀਕੇਸ਼ਨ ਬਾਅਰ ਐਪਲੀਕੇਸ਼ਨ ਅਪਰੂਵ ਹੋਣ ਤੋਂ ਬਾਅਦ ਥੋੜੀ ਸੂਟੇਬਿਲਟੀ ਇੰਟਰਵਿਊ ਹੁੰਦੀ ਹੈ ਜੇ ਉਹ ਚੰਗੀ ਲੱਗੇ ਉਹਨਾਂ ਨੂੰ ਵੀ ਠੀਕ ਹੈ ਬੰਦਾ ਸਾਨੂੰ ਠੀਕ ਲੱਗਦਾ ਫਿਰ ਥੋੜਾ ਰਿਟਨ ਟੈਸਟ ਉਸ ਤੋਂ ਬਾਅਦ ਥੋੜਾ ਫਿਜ਼ੀਕਲ ਟੈਸਟ ਫਿਰ ਸਾਈਕੋਲੋਜੀਕਲ ਟੈਸਟ ਫਿਰ ਪੋਲੀਗ੍ਰਾਫ ਚੂਟ ਫੜਨ ਵਾਲਾ ਜਿਹੜਾ ਕਿੰਨੇ ਕਿ ਵੀ ਫਿਰ ਸਾਰਾ ਬੈਕਗਰਾਉਂਡ ਇਨਫੋਰਮੇਸ਼ਨ ਤੁਹਾਡੀ ਜਿਹੜੀ ਹੈਗੀ ਹੈ ਜੋ ਵੀ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਕੀਤਾ ਉਹ ਸਾਰੀ ਸ਼ਾਨਬੀਨ ਹੋਣੀ ਹੈ ਸਾਰੀ ਸ਼ਾਨਬੀਨ ਹੋਣੀ ਮੈਨੂੰ ਪਤਾ ਵੀ ਉਹਦੀ ਕਿਵੇਂ ਹੋਈ ਕਿਵੇਂ ਸੋ ਡਰਗ ਡਰਗ ਤੋਂ ਦੂਰ ਰਹਿਣਾ ਪੈਣਾ ਤੁ ਕਿਉਂਕਿ ਯੰਗ ਉਮਰ ਚ ਤੁਸੀਂ ਕਾਰਾਂ ਭਜਾਉਨੇ ਆ ਟਿਕਟਾਂ ਲੈ ਲੈਨੇ ਡਰਾਈਵਿੰਗ ਰੈਕੋਰਡ ਥੋੜਾ ਖਰਾਬ ਹੋ ਜਾਂਦਾ ਉਹ ਚੀਜ਼ਾਂ ਫਿਰ ਤੁਹਾਨੂੰ ਇੱਥੇ ਆ ਕੇ ਖਰਾਬ ਕਰਦੀਆਂ ਸੋ ਉੱਥੇ ਬਹੁਤੇ ਬੱਚੇ ਆਪਣੇ ਡਿੱਗ ਪੈਂਦੇ ਆ ਹੂੰ ਕਿਸੇ ਗਲਤ ਬੰਦੇ ਨਾਲ ਥੋੜੀ ਜਾਨ ਪਛਾਨ ਹੋ ਗਈ ਉਹ ਬੈਕਗ੍ਰਾਉਂਡ ਚ ਫੇਰ ਨਿਕਲੇ ਹੋਣੀ ਆ ਸੋ ਇਸ ਕਰਕੇ ਆਪਣੀ ਜੇ ਸਾਫ ਮੈਂ ਹੀ ਕਹਿਣਾ ਨਾ ਵੀ ਬਹੁਤ ਔਖਾ ਉੱਥੇ ਪਛਾਣ ਵੀ ਬਹੁਤ ਜ਼ਿਆਦਾ ਹੈ ਪਛਾਣ ਵੀ ਬਹੁਤ ਜ਼ਿਆਦਾ ਔਰ ਐਪਲੀਕੇਸ਼ਨਸ ਕਾਫੀ ਜੜੀਆਂ ਹੈਗੀਆਂ ਹੋਰ ਕਮਿਊਨਿਟੀਜ਼ ਤੋਂ ਵੀ ਹੁੰਦੀਆਂ ਸੋ ਚੋਣ ਜਿਹੜੀ ਹੈ ਹਾਰਡ ਹੈਗੀ ਆ ਪਰ ਇੰਪੋਸੀਬਲ ਨਹੀਂ ਹੈ ਆਖਰ ਤੇ ਬਹੁਤ ਅੱਛੇ ਅੰਗ ਲਗਾਈ ਦੀਆਂ ਤੁਹਾਡੀ ਮੈਂ ਦੇਖ ਰਿਹਾ ਫੇਸਬੁਕ ਤੇ ਉਹਦੇ ਚ ਪੰਜਾਬੀ ਦੀਆਂ ਇੰਨੀਆਂ ਖੂਬਸੂਰਤ ਕਵਤਾਵਾਂ ਤੁਸੀਂ ਮਲ ਕਵੀਆਂ ਦੀਆਂ ਟੋਟ ਕੇ ਤੇ ਕਵਤਾਵਾਂ ਤੇ ਪੀਸ ਜਿਹੜੇ ਕੋਟ ਕਰਦੇ ਹੋ ਇੱਕ ਤਾਂ ਲਿਟਰਰੀ ਸ਼ੌਕ ਲੱਗਦਾ ਤੁਹਾਨੂੰ ਸਾਇਤਿਕ ਸ਼ੌਕ ਦੂਸਰਾ ਤੁਹਾਡੇ ਜਿੰਨੀਆਂ ਮੈਂ ਦੇਖਿਆ ਉਹਦੇ ਚ ਦੋ ਚੀਜ਼ਾਂ ਦਾ ਨਾ ਜ਼ਿਕਰ ਹੈਗਾ ਅਗ ਤੇ ਲਹੂ ਉਹਦੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਜ਼ਿਕਰ ਕੀਤੇ ਆ ਇਹ ਵੀ ਤੁਸੀਂ ਜਿਹੜੀ ਪਿਕਚਰ ਵੀ ਪਾਈ ਹੋਈ ਹੈ ਇੱਕ ਉਹ ਬਜ਼ੁਰਗ ਦੀ ਪਿਕਚਰ ਉਹ ਵੀ ਆ ਕੇ ਸੇਕ ਰਿਹਾ ਬੰਦਾ ਇਹ ਪਤ ਕਾਲੇ ਸਿੰਬਲ ਨੇ ਕਿ ਇਹ ਤੁਹਾਡੇ ਮਨ ਚ ਕੀ ਹੈ ਬੜਾ ਵਧੀਆ ਤੁਹਾਡਾ ਕੁਐਸਚਨ ਆ ਮੈਨੂੰ ਪਹਿਲਾਂ ਕਿਸੇ ਨੇ ਕੀਤਾ ਨਹੀਂ ਐਕਚੁਅਲੀ ਮੈਂ ਤਾਂ ਹੀ ਇਹ ਅੰਦਰਲੀ ਅੱਗ ਦੀ ਜਿਹੜੀ ਪ੍ਰੋਜੈਕਸ਼ਨ ਹੈਗੀ ਆ ਵੀ ਹਰ ਬੰਦਾ ਇੱਕ ਆਪਣੀ ਇੱਕ ਅੰਦਰ ਇੱਕ ਅੱਗ ਲੈ ਕੇ ਚੱਲਦਾ ਜੀ ਇਹ ਤੁਸੀਂ ਉਹਨੂੰ ਖਰਚ ਨਹੀਂ ਕਰਦੇ ਉਹ ਤੁਹਾਨੂੰ ਤੰਗ ਕਰਦੀ ਬਾਅਦ ਚ ਔਰ ਐਸੀ ਅੱਗ ਨੂੰ ਮੈਂ ਆਪਣੀ ਮਾਂ ਚ ਦੇਖਿਆ ਨਾ ਉਹਨਾਂ ਨੇ ਗਿਆਨ ਵਿਗਿਆਨ ਸਾਖਰਤਾ ਜਿਹੜੀ ਚੱਲੀ ਸੀ ਬਿਲਹਰ ਉਹਨਾਂ 'ਚ ਕੰਮ ਕੀਤਾ ਬੜੇ ਜਿਹੜੇ ਅੰਡਰ ਪ੍ਰੇਵਰੇਜ ਲੋਕਾਂ 'ਚ ਪੜਾਇਆ ਸਟ੍ਰੇਟ ਵਾਰਡ ਲਈ ਨੈਸ਼ਨਲ ਵਾਰਡ ਲਈ ਆ ਟੀਚਿੰਗ ਦੇ ਵਿੱਚ ਥੋੜੇ ਮੈਂ ਤਾਂ ਹੀ ਟੀਚਰ ਸੀਗਾ ਹਾਂਜੀ ਹਾਂਜੀ ਡਰਾਮਾ ਥੀਏਟਰ ਕਰਨਾ ਉਹਨਾਂ ਨੇ ਹੂੰ ਉਹ ਚੀਜ਼ਾਂ ਦੇਖ ਕੇ ਮੈਂ ਵੱਡਾ ਹੋਇਆ ਗੁਰਤੇਜ ਘੋੜਵਾਲਾ ਉਦੋਂ ਬ੍ਰਦਰ ਦਾ ਦੋਸਤ ਸੀਗਾ ਉਹਨਾਂ ਬਿਲਹਰਾਂ 'ਚ ਤਾਂ ਉਹਦਾ ਇਨਫਲੂਐਂਸ ਫਿਰ ਪਾਤਰ ਸਾਹਿਬ ਨੇ ਹੋਣਾ ਜਾਂ ਹੋਰ ਮੈਂ ਕਈ ਜਿਹੜੀਆਂ ਸਹਿਤ ਸੁਭਾਵਾਂ ਛੋਟੇ ਹੁੰਦੇ ਨੇ ਉੱਥੇ ਬਹਿ ਕੇ ਦੇਖਣੀ ਆ ਸਮਝ ਨਹੀਂ ਸੀ ਉਦੋਂ ਇੰਨੀ ਅੱਛਾ ਅੱਛਾ ਤੇ ਆ ਤੇਜਵ ਤਾਂ ਉੱਥੋਂ ਚਟਕ ਲੱਗੀ ਮੈਨੂੰ ਪਰ ਫਿਰ ਉੱਥੇ ਜਾ ਕੇ ਪੰਜਾਬੀ ਦਾ ਮੈਂ ਪੱਲਾ ਛੱਡਿਆ ਨਹੀਂ ਉੱਥੇ ਵੀ ਕਿਤਾਬਾਂ ਦੀ ਕਲੈਕਸ਼ਨ ਤੁਹਾਡੇ ਘਰੋਂ ਵੀ ਮੈਂ ਲੈ ਕੇ ਗਿਆ ਹੁਣ ਸੋ ਇਸ ਕਰਕੇ ਉਹਦਾ ਸ਼ੌਂਕ ਹੋ ਵੀ ਬਣਿਆ ਰਿਹਾ ਔਰ ਦੂਸਰੀ ਜਿਹੜੀ ਅੰਦਰਲੀ ਜਿਹੜੀ ਅੱਗ ਦੀ ਆਪਾਂ ਗੱਲ ਕਰਦੇ ਨਾ ਉਹ ਜ਼ਰੂਰੀ ਹੈ ਕਿ ਤਨਾ ਕਿਤੇ ਖਰਚ ਕਰਨੀ ਕਿਉਂਕਿ ਉਹਦੇ ਸੜੇ ਜਿੰਨੇ ਦਾ ਸੀ ਕੋਟ ਕੀਤੇ ਜਾਂ ਮਤਲਬ ਸਾਰੀਆਂ ਇੱਕ ਤਰ੍ਹਾਂ ਦੇ ਜਿਹੜੀ ਚੇਂਜ ਵਾਸਤੇ ਥੋੜੇ ਉਹ ਵੀ ਉਹਦੇ ਵੀ ਮੇਨ ਉਹ ਪਾਇਆ ਵੀ ਤਬਦੀਲੀ ਦੀਆਂ ਜਿਹਦੇ ਵਾਸਤੇ ਜਦੋਂ ਜਹਾਜ਼ ਕਰੋ ਕੋਸ਼ਿਸ਼ ਕਰੋ ਇਸ ਤਰ੍ਹਾਂ ਦੀਆਂ ਨੇ ਕੁਝ ਕਰੋ ਕਿਉਂਕਿ ਬੰਦਾ ਨਾ ਇੱਕ ਕਹੇ ਕਿ ਇੱਕ ਇੱਕ ਚੀਜ਼ ਨੂੰ ਐਟਰੀਬਿਊਟ ਕਰਾਂ ਆ ਛੋਟਾ ਛੋਟਾ ਚੀਜ਼ਾਂ ਦਾ ਜੋੜ ਕੇ ਬਣਿਆ ਹੁੰਦਾ ਮੈਂ ਕੁਝ ਸਕਿੱਲ ਕਿਤੋਂ ਲਈ ਕੁਝ ਕਿਤੋਂ ਲਈ ਕੁਝ ਗੁਰਤੇਜ ਕੁਵਾਰ ਵਾਲਾ ਤੋਂ ਕੁਝ ਪਾਤਰ ਤੋਂ ਕੱਲ ਤੋਂ ਨਮ ਵਾਲਾ ਘਾਤ ਹੋਈ ਕੁਝ ਸਿੱਖਣ ਨੂੰ ਮਿਲਦਾ ਬੰਦੇ ਨੂੰ ਪਰ ਚੇਂਜ ਜੇ ਤੁਸੀਂ ਕਰਨੀ ਹੈ ਫਿਰ ਗੱਲਾਂ ਨਾਲ ਨਹੀਂ ਹੋਣੀ ਤੁਹਾਨੂੰ ਕੁਝ ਨਾ ਕੁਝ ਕਰਨਾ ਪੈਣਾ ਪਰ ਉਹਦੀ ਸਿਹਤ ਤੁਹਾਨੂੰ ਮਿਲਦੀ ਕਿਤਾਬਾਂ ਚੋਂ ਕਵਤਾਂਵਾਂ ਵਿੱਚ ਇਵਨ ਇਨਕਲਾਬ ਦੀ ਗੱਲ ਵਾਲੀਆਂ ਕਵਤਾਂਵਾਂ ਵੀ ਲਿਖੀਆਂ ਜਾਂਦੀਆਂ ਸੀ ਉਹਦੇ ਵਿੱਚ ਕੋਟ ਕੀਤੇ ਕੋਈ ਲਾਈਨਾਂ ਕੋਈ ਜਿਹੜੀ ਤੁਹਾਨੂੰ ਵਧੀਆ ਲੱਗਦੀ ਮੈਂ ਇਹ ਆ ਦੇਖ ਰਿਹਾ ਆ ਦੀਆਂ ਗੁਰਤੇਜ ਕਹਾਰ ਵਾਲੇ ਦੀਆਂ ਹਾਂ ਜਿਹੜੀ ਹੈਗੀ ਉਹ ਇੱਕ ਸੀਗੀ ਕਿ ਅੱਗ ਅੰਨੀ ਹੈ ਪਾਗਲ ਹੈ ਮੂੰਹ ਜ਼ੋਰ ਹੈ ਇਹਨਾਂ ਸਮਝੀ ਕਿ ਸੜਦਾ ਕੋਈ ਹੋਰ ਹੈ ਲੰਬੂ ਇਧਰੋਂ ਦੀ ਲੰਗੇ ਜਦੋਂ ਟਹਿਲਦੇ ਖੋਰੇ ਕਿੰਨਾ ਬਰੂਹਾਂ ਤੇ ਰੁਕ ਜਾਣਗੇ ਸੋ ਇਹ ਮੈਂ ਗੱਲ ਹਰੇਕ ਮਾਪਿਆਂ ਨੂੰ ਕਹਿਣਾ ਕਿ ਇਹ ਨਾ ਕਹੋ ਕਿ ਕਿਸੇ ਦਾ ਬੱਚਾ ਮਰ ਰਿਹਾ ਹੂੰ ਇਹ ਕੱਲ ਨੂੰ ਅੱਗ ਦੇ ਲੰਬੂ ਟੋਡੇ ਬੂਹੇ ਮੁਰੇ ਵੀ ਆ ਜਾਣੇ ਆ ਇਹ ਸਾਡਾ ਸਾਂਝਾ ਮਸਲਾ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਦਾ ਮਸਲਾ ਹੋਵੇ ਚਾਹੇ ਗੈਂਗਸ ਦਾ ਹੋਵੇ ਚਾਹੇ ਅਵੇਅਰਨੈਸ ਦਾ ਹੋਵੇ ਆ ਵੀ ਜੋ ਕਿਸੇ ਕੋਟ ਕੀਤਾ ਹੈ ਪਤਾ ਨਹੀਂ ਇਹ ਕਿਹਦੀ ਹੈ ਮੈਂ ਇਨਕਲਾਬ ਪਸੰਦੋਂ ਕੀ ਇੱਕ ਕਬੀਲ ਸੇ ਹੂੰ ਜੋ ਹੱਕ ਪੇ ਡਟ ਗਿਆ ਉਸ ਲਸ਼ਕਰ ਇੱਕ ਕਲੀਲ ਸੇ ਹੂੰ ਮੈਂ ਯੂੰ ਹੀ ਦਸਤੋਂ ਗਰੀਬਾ ਨਹੀਂ ਜਮਾਨੇ ਸੇ ਮੈਂ ਜਿਸ ਜਗ੍ਹਾ ਪੇ ਖੜਾ ਹੂੰ ਕਿਸ ਦਲੀਲ ਸੇ ਹੂੰ ਇਹ ਵੀ ਥੋੜੀ ਫੇਸਬੁੱਕ ਤੇ ਹੈ ਇੱਕ ਇਹ ਮਤਲਬ ਸਿਰਫ ਇਹ ਨਹੀਂ ਦੇਖੋ ਭੇੜ ਚਾਲ ਚਲਾ ਕੇ ਨਹੀਂ ਕਿਸੇ ਧੜੇਬਾਜੀ ਚ ਪੈ ਕੇ ਨਹੀਂ ਕਿਸੇ ਕਿਸੇ ਦੇ ਮਗਰ ਲੱਗ ਕੇ ਨਹੀਂ ਕਿਸੇ ਦਲੀਲ ਤੇ ਜੋ ਤੁਹਾਡੇ ਆਪਣੇ ਅਸੂਲ ਆ ਜ਼ਿੰਦਗੀ ਦੇ ਉਦੇ ਤੇ ਤੁਹਾਨੂੰ ਜਾਉਣਾ ਚਾਹੀਦਾ ਔਰ ਜਿਹੜੀ ਕੌਮ ਹੈ ਸਾਡਾ ਪਿਛੋਕੜ ਆ ਜਿਵੇਂ ਪਹਿਲਾਂ ਜਿੱਦ ਵਿੱਚ ਗੱਲ ਕੀਤੀ ਕਿਸ ਕੌਮ ਨੂੰ ਅਸੀਂ ਕਿਸ ਕਬੀਲੇ ਨੂੰ ਬਿਲੋਂਗ ਕਰਦੇ ਆ ਕਬੀਲਾ ਸਾਡਾ ਹੋਇਆ ਜਿਹੜਾ ਫਰਸਟ ਲਾਈਨ ਆਫ ਡਿਫੈਂਸ ਪੰਜਾਬ ਦਾ ਜਿਹੜਾ ਸੀ ਨਾ ਆਪਣਾ ਕਿ ਕੋਈ ਵੀ ਭੀੜ ਪਈ ਪੰਜਾਬ ਤੇ ਪਹਿਲਾਂ ਪੈਂਦੀ ਸੀ ਔਰ 47 ਚ ਪਈ 84 ਚ ਪਈ ਉਸ ਤੋਂ ਬਾਅਦ ਕਿੰਨੇ ਕਿੰਨੀ ਵਾਰੀ ਅਸੀਂ ਸਾਡੀ ਯੂਥ ਪਿੰਗਵਾਇਆ ਮੁਗਲਾ ਮੇਲੇ ਤੋਂ ਹੀ ਉਦੋਂ ਦੀ ਪੈ ਰਹੀ ਹੈ ਔਰ ਅਸੀਂ ਹਮੇਸ਼ਾ ਡਟ ਕੇ ਲੜੇ ਆ ਔਰ ਪ੍ਰੋ ਸਟੇਟ ਕਮਿਊਨਿਟੀ ਰਹੇ ਆ ਅਸੀਂ ਖੜੇ ਆ ਇਸ ਦੇ ਅਗੇਂਸਟ ਸੋ ਉਹ ਚੀਜ਼ਾਂ ਹਜੇ ਵੀ ਮੇਰੇ ਦਿਲ ਚ ਹੈਗੀਆਂ ਤੇ ਉਹ ਚਾਹੇ ਤੱਕਾ ਸਾਡੇ ਸਟੂਡੈਂਟਸ ਨਾਲ ਹੋ ਰਿਹਾ ਹੋਵੇ ਚਾਹੇ ਕਿਸੇ ਹੋਰ ਨਾਲ ਹੋ ਰਿਹਾ ਹੋਵੇ ਉਹ ਅੰਦਰੋਂ ਬਾਲ ਹਜੇ ਉੱਠਦਾ ਉਹ ਅੰਦਰ ਲਈ ਆ ਕੇ ਤੁਹਾਨੂੰ ਕਹਿੰਦੇ ਵੀ ਕੁਝ ਕਰੋ ਇਹ ਤੇ ਕਰੋ ਇਹ ਤੇ ਉਹ ਜਿੰਨਾ ਮਿੱਥੋਂ ਹਿੱਸਾ ਪਾਊਗਾ ਮੈਂ ਉਹ ਕਰਦਾ ਰਹਾਂਗਾ ਉਹਦੇ ਲਈ ਬਹੁਤ ਮਿਹਰਬਾਨੀ ਬਹੁਤ ਅੱਛੀ ਭਾਵਨਾ ਤੁਹਾਡੀ ਐ ਜੈ ਕੋਸਾ ਹੋਰਾਂ ਨੇ ਉਹ ਅਸਪੈਕਟ ਕਿ ਕਿ ਕੁਝ ਸੋਸਾਇਟੀ ਵਾਸਤੇ ਸਮਾਜ ਵਾਸਤੇ ਕਰਨਾ ਚਾਹੀਦਾ ਹੈ ਤੇ ਉਹਦੇ ਚ ਜਿਹੜੇ ਉਥੋਂ ਦੇ ਬਵਸਤਾ ਜਿਹੜੇ ਸਮਾਜ ਆ ਨੌਜਵਾਨ ਨੇ ਵਿਦਿਆਰਥੀ ਨੇ ਉਹਨਾਂ ਦੇ ਜਿਹੜੀਆਂ ਮੁਸ਼ਕਲਾਂ ਦੇ ਮਸਲੇ ਨੇ ਉਹਨਾਂ ਵਾਸਤੇ ਇਹ ਉਹਨਾਂ ਦਾ ਹੱਲ ਕੱਢਣ ਵਾਸਤੇ ਉਹਨਾਂ ਦੀ ਮਦਦ ਕਰਨ ਵਾਸਤੇ ਬਾਕੀ ਸੋਸਾਇਟੀ ਮਿਲ ਕੇ ਲੱਗੇ ਹੋਏ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਤੇ ਨਾਲ ਹੀ ਇਹਨਾਂ ਦੇ ਅੰਦਰਲੀ ਜਿਹੜੀ ਕਹਿ ਰਹੇ ਨੇ ਅੰਦਰ ਅੱਗ ਵੀ ਹੈਗੀ ਉਹ ਕਿ ਕੁਝ ਕਰਨਾ ਚਾਹੀਦਾ ਹੈ ਸਮਾਜ ਨੂੰ ਤਬਦੀਲ ਕਰਨ ਵਾਸਤੇ ਅੱਗੇ ਜਾਣ ਵਾਸਤੇ ਤੇ ਇਹ ਨਹੀਂ ਦੇਖਣਾ ਚਾਹੀਦਾ ਕਿ ਦੂਜੇ ਦੇ ਘਰ ਅੱਗੇ ਲੱਗੇ ਤੇ ਸਾਡੇ ਨਹੀਂ ਆਏਗੀ ਸੋ ਇਹੋ ਜਿਹੇ ਭਾਵਨਾਵਾਂ ਵਾਲੇ ਜਿਹੜੇ ਪੁਲਿਸ ਅਫਸਰ ਪੰਜਾਬੀ ਮੂਲ ਦੇ ਪੁਲਿਸ ਅਫਸਰ ਕੈਨੇਡਾ ਦੇ ਉਹਨਾਂ ਨਾਲ ਅਸੀਂ ਕੁਝ ਖੁੱਲੀਆਂ ਗੱਲਾਂ ਕੀਤੀਆਂ ਤੇ ਉਮੀਦ ਹੈ ਕਿ ਖਾਸ ਕਰ ਪੰਜਾਬ ਦੇ ਤੇ ਹੋਰਾਂ ਥਾਵਾਂ ਦੀ ਜਿਹੜੇ ਮਾਪਿਓ ਨੇ ਪਰਿਵਾਰ ਨੇ ਉਹਨਾਂ ਨੂੰ ਕੁਝ ਗੱਲਾਂ ਜਾਂ ਕੁਝ ਪਹਿਲੂ ਇਹੋ ਜੇ ਜਿਹੜੇ ਜਰੂਰ ਸੋਚਣ ਵਾਸਤੇ ਮਜਬੂਰ ਕਰਨਗੇ ਕਿ ਜਦੋਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੈ ਪੜ੍ਹਾਈ ਵਾਸਤੇ ਜਾਂ ਇਮੀਗ੍ਰੈਂਟ ਦੇ ਤੌਰ ਤੇ ਵੀ ਤਾਂ ਉਹਦੇ ਵਾਸਤੇ ਉਹ ਪਹਿਲਾਂ ਸੋਚ ਸਮਝ ਕੇ ਤੇ ਤਿਆਰੀ ਕਰਕੇ ਭੇਜੋ ਇਹ ਪਹਿਲੂ ਜਿਹੜਾ ਇਹਨਾਂ ਨੇ ਬਹੁਤ ਹਾਈਲਾਈਟ ਕੀਤਾ ਕਿ ਇਸੇ ਨੋਟ ਤੇ ਅਸੀਂ ਇਹਨਾਂ ਦਾ ਜੈਕੋਸਾ ਹਰੋਂ ਦੇ ਧੰਨਵਾਦ ਦੇ ਨੋਟ ਤੇ ਅਸੀਂ ਇਹ ਪ੍ਰੋਗਰਾਮ ਖਤਮ ਕਰ ਦਿਆ ਸ਼ੁਕਰੀਆ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ